प्रशांत भूषण ने यह ट्वीट किया कि पिछले 6 सालों दौरान लोकतंत्र का जिहड़ा कहान होया जी, इस लोकतंत्र के कहान की जो विश्लेषण करनगिया आने वाली पीढ़ियां तो वो ये जिहड़े 4 लेटेस्ट जज है सुप्रीम कोर्ट के चीफ जस्टिस है उन्हां दा जिक्र भी करनगे कि वह भी अपनी संविधानिक भूमिका निभाउण दे विच असफल रहे। एक ट्वीट उन्होंने कर दिता कि मिस्टर एस ए बोबडे साहब साढ़े चीफ जस्टिस है, ये नागपुर अपने घर जाते हैं, लाकडाउन लग्या होया सारा कुछ ठप किया होया, उस वेले एक हारले मोटरसाइकिल उत्ते बैठे है, ना तो इन्होंने हैलमेट लिया ना इन्होंने मास्क पहनया होया। ये सुप्रीम कोर्ट कहती है उन्होंने शब्द कि अदालत की हद तक वाली जी टिप्पणी की है उस टिप्पणी के प्रति खिमा जाचना कर लें तो प्रशांत भूषण ने रिफ्यूज कर दिया जी। नहीं, प्रशांत भूषण ने एक बयान अपना लिखती है जरा वो अदालत पेश किया जी। उस लिखती बयान की कहती है कि ना मैं दया की भीख मंगूंगा, ना मैं माफी मंगूंगा, जिस केस दे विच मैनूं सजा दित्ती है, मैं लोकतंत्र नूं, जुडिशरी नूं, जुडिशरी दे सत्कार नूं बचाउण वास्ते ट्वीट कीती है जी। ਉਹ ਮੇਰਾ ਰਾਈਟ ਬਣਦਾ ਸੀ ਇੱਕ ਨਾਗਰਿਕ ਦਾ, ਇੱਕ ਗਣਤੰਤਰ ਦੇ ਵਿੱਚ ਜੋ ਜ਼ਿੰਮੇਵਾਰੀ ਬਣਦੀ ਹੈ ਮੈਂ ਆਪਣੀ ਉਹ ਜ਼ਿੰਮੇਵਾਰੀ ਨਿਭਾਈ। ਪੰਜਾਬੀਆਂ ਦਾ ਮਨਪਸੰਦ ਟੀਵੀ ਅਣਖੀਲਾ ਪੰਜਾਬ ਤੇ ਅਣਖੀਲਾ ਪੰਜਾਬ ਦਾ ਚਰਚਿਤ ਸਿਲਸਿਲਾ ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ ਲੈ ਕੇ ਹਾਜ਼ਰ ਹਾਂ ਮੈਂ ਖੁਸ਼ਬੀਰ ਸਿੱਧੂ ਅਤੇ ਮੇਰੇ ਨਾਲ ਸਾਡੇ ਸਤਿਕਾਰਯੋਗ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਤਾਂ ਸਾਰੇ ਪੰਜਾਬੀਆਂ ਵੱਲੋਂ ਜੀ ਜੀ ਆਇਆਂ ਨੂੰ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਖਤੌਰ ਜੀ। ਧੰਨਵਾਦ ਜੀ, ਮਿਹਰਬਾਨੀ ਜੀ। ਤਾਂ ਦਰਸ਼ਕਾਂ ਨੂੰ ਵੀ ਅਖਬਾਰ ਪਹੁੰਚ ਚੁੱਕੇ ਨੇ ਚਾਹੇ ਇੰਟਰਨੈਟ ਦੇ ਜ਼ਰੀਏ ਪਹੁੰਚ ਗਏ ਹੁਣ ਪੰਜਾਬੀ ਤਾਂ, ਪਰ ਜਿਹੜੀ ਮੈਂ ਤੜਕੇ ਸੁਰਖੀ ਸਭ ਤੋਂ ਪਹਿਲਾਂ ਦੇਖੀ ਸੋਚਿਆ ਕਿ ਮੈਂ ਉਸੇ ਦਾ ਹੀ ਜ਼ਿਕਰ ਸ਼ੁਰੂਆਤ ਦੇ ਵਿੱਚ ਕਰਾਂ। ਮਾਣਯੋਗ ਸੁਪਰੀਮ ਕੋਰਟ ਬਹੁਤ ਕਾਹਲੀ ਹੈ ਮਾਫ਼ੀ ਦੇਣ ਦੇ ਲਈ ਪ੍ਰਸ਼ਾਂਤ ਭੂਸ਼ਣ ਨੂੰ, ਪਰ ਮਾਂ ਦਾ ਸ਼ੇਰ ਪ੍ਰਸ਼ਾਂਤ ਭੂਸ਼ਣ ਮਾਫ਼ੀ ਮੰਗਣ ਲਈ ਤਿਆਰ ਹੀ ਨਹੀਂ। ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਟਵਿੱਟਰ ਹੈਂਡਲ ਨੂੰ ਚੈੱਕ ਕੀਤਾ ਹੋਵੇ ਹਾਂਜੀ, ਤਾਂ ਇੱਕ ਟਵੀਟ ਬੜਾ ਘੁੰਮ ਰਿਹਾ ਹਮ ਦੇਖੇਂਗੇ ਲਾਜ਼ਮ ਹੈ ਕਿ ਹਮ ਦੇਖੇਂਗੇ ਜੀ। ਇਹ ਇੱਕ ਨਜ਼ਮ ਹੈ ਜੀ, ਤੇ ਨਜ਼ਮ ਲਿਖੀ ਸੀ ਫੈਜ਼ ਅਹਿਮਦ ਫੈਜ਼ ਨੇ ਜੀ, ਜਿਹੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਬਹੁਤ ਵੱਡੇ ਸ਼ਹਿਰ ਹੈ, ਅਸੀਂ ਕਹਾਂਗੇ ਭਾਰਤੀ ਮਹਾਂਦੀਪ ਦੇ ਬਹੁਤ ਵੱਡੇ ਸ਼ਹਿਰ ਸਨ ਜੀ, ਪਾਕਿਸਤਾਨ ਦੇ ਵਿੱਚ ਰਹਿੰਦੇ ਹੁੰਦੇ ਸੀ ਜੀ। ਦੌਰ ਸੀ ਉਹ ਜਦੋਂ ਜਨਰਲ ਜ਼ਿਆਉਲ ਹੱਕ ਦੀ ਤਾਨਾਸ਼ਾਹੀ ਪਾਕਿਸਤਾਨ ਦੇ ਵਿੱਚ ਹੁੰਦੀ ਸੀ, ਉਸ ਤਾਨਾਸ਼ਾਹੀ ਦੇ ਖਿਲਾਫ ਇੱਕ ਮੂਵਮੈਂਟ ਉੱਠੀ ਸੀ ਜੀ, ਔਰ ਉਦੋਂ ਉਹਨਾਂ ਨੇ ਇਹ ਨਜ਼ਮ ਲਿਖੀ ਸੀ, ਅਤੇ ਨਜ਼ਮ ਉਸ ਵੇਲੇ ਦੇ ਪਾਕਿਸਤਾਨੀ ਨਾਗਰਿਕਾਂ ਦੇ ਕੁੜੀਆਂ ਮੁੰਡਿਆਂ ਪਾੜਿਆਂ ਹਲਵਾਕਾਂ ਕਾਮਿਆਂ ਚਰਵਾਹਿਆਂ ਦੀਆਂ ਜੀਭਾਂ ਦੇ ਉੱਤੇ ਹੁੰਦੀ ਸੀ। ਲਾਜ਼ਮ ਹੈ ਹਮ ਦੇਖੇਂਗੇ। ਅੱਜ ਕੱਲ੍ਹ ਇਹ ਟ੍ਰੈਂਡ ਹੋ ਰਿਹਾ, ਕਿਉਂ? ਇਸ ਵਾਸਤੇ ਹੋ ਰਿਹਾ ਕਿ ਕੱਲ੍ਹ ਚਰਚਿਤ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਵੱਲੋਂ ਸਜ਼ਾ ਦਿੱਤੀ ਜਾਣੀ ਸੀ ਜੀ, ਔਰ ਸਜ਼ਾ ਦੇਣ ਤੋਂ ਪਹਿਲਾਂ ਉਹਨਾਂ ਨੇ ਇੱਕ ਐਪਲੀਕੇਸ਼ਨ ਦਾਇਰ ਕਰ ਦਿੱਤੀ ਸੀ ਮਾਣਯੋਗ ਸੁਪਰੀਮ ਕੋਰਟ ਕੋਲ, ਕਿ ਕਿਉਂਕਿ 14 ਅਗਸਤ ਨੂੰ ਤੁਸੀਂ ਮੈਨੂੰ ਕੰਟੈਂਪਟ ਆਫ ਕੋਰਟ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ। ਹਾਂਜੀ, ਇਹ ਬੜੀ ਮੰਦਭਾਗੀ ਗੱਲ ਹੈ। ਉਹਨਾਂ ਨੇ ਕਿਹਾ ਕਿ ਮੈਂ ਜੋ ਕੁਛ ਵੀ ਬੋਲ ਰਿਹਾ ਜਾਂ ਜੋ ਕੁਛ ਵੀ ਮੈਂ ਬੋਲਿਆ ਉਹ ਇਸ ਦੇਸ਼ ਦੇ ਲੋਕਤੰਤਰ ਦੇ ਹੱਕ ਵਿੱਚ ਬੋਲਿਆ। ਸਹੀ ਹੈ, ਮੈਂ ਇਸ ਦੇਸ਼ ਨੂੰ ਜੁਡੀਸ਼ਰੀ ਨੂੰ ਬਚਾਉਣ ਵਾਸਤੇ ਗੱਲ ਕਹੀ ਹੈ ਜੀ, ਔਰ ਮੈਂ ਜੁਡੀਸ਼ਰੀ ਦਾ ਬੜਾ ਮਾਣ ਸਤਿਕਾਰ ਕਰਦਾ ਜੀ, ਤੇ ਜੇ ਮੇਰੇ ਤੇ ਇਹ ਇਲਜ਼ਾਮ ਜੁਡੀਸ਼ਰੀ ਵੱਲੋਂ ਲਾਇਆ ਜਾਂਦਾ ਕਿ ਮੈਂ ਅਦਾਲਤ ਦੀ ਹੱਦ ਤੱਕ ਕੀਤੀ ਹੈ ਤਾਂ ਇਹ ਬਹੁਤ ਹੀ ਜਿਹੜਾ ਹੈਗਾ ਮੇਰੇ ਨਾਲ ਇੱਕ ਜਿਆਦਤੀ ਹੈ, ਇੱਕ ਧੱਕਾ ਹੈ। ਪਰ ਉਹ ਕਹਿੰਦਾ ਮੈਨੂੰ ਸਮਾਂ ਦਿੱਤਾ ਜਾਵੇ 30 ਦਿਨ ਦਾ, ਉਹਦਾ ਵਕੀਲ ਕਹਿੰਦਾ ਹੈ, ਕਿਉਂਕਿ ਜਿਹੜਾ ਤੁਸੀਂ ਮੈਨੂੰ ਦੋਸ਼ੀ ਕਰਾਰ ਦਿੱਤਾ ਇਸ ਫੈਸਲੇ ਦੇ ਖਿਲਾਫ ਮੈਂ ਰਿਵਿਊ ਪਟੀਸ਼ਨ ਪਾਉਣੀ, ਔਰ ਕੰਸਟੀਟਿਊਸ਼ਨ ਦੇ ਵਿੱਚ ਜਾਂ ਜਿਹੜੀ ਕੰਟੈਂਪਟ ਲਾ ਹੈ ਜਾਂ ਫੌਜਦਾਰੀ ਦਾ ਉਹਦੇ ਵਿੱਚ ਇਹ ਪ੍ਰਬੰਧ ਹੈ ਕਿ ਜਿਹੜੀ ਰਿਵਿਜ਼ਨ ਪਟੀਸ਼ਨ ਪਾਉਣੀ ਹੈ ਕੰਟੈਂਪਟ ਦੇ ਮਾਮਲੇ 'ਚ ਉਹਦੇ 'ਚ 30 ਦਿਨ ਦਾ ਸਮਾਂ ਮਿਲਦਾ ਹੈ। ਹਾਂਜੀ,
जो उन्होंने दुष्यंत दवे ने यह समा मंगया हाँ जी तो उस वे मानयोग बेंच के एक जज साहब ने कहा कि मिस्टर राजीव धवन जो एक होर वकील है प्रशांत भूषण के उन्होंने कहा कि रिव्यू पटीशन तैयार पई है अच्छा तो तुम अज ही क्यों नहीं दायर कर देंगे दुष्यंत दवे ने कहा कि मेरा राइट है मेरे को 30 दिन मैं जो मर्जी आपके राइट का इस्तेमाल कर तैयार है या नहीं है मेरे को वक्त है मैनू दो तो फिर अदालत ने कह दिता सी कि बहस कर लेने आप सज़ा ते और सज़ा का फैसला असं उन्नी देर नहीं सुनाते जिनी देर तक तुम रिव्यू पटीशन नहीं पा लेंगे अच्छा रिव्यू पटीशन पाने तक तो सज़ा नहीं सुनाई जाऊगी ये रो कहते ठीक है फिर उन्होंने कहा कि व्यक्ति विशेष ना नहीं लिया व्यक्ति विशेष को चाहिए कि वह अपना स्टैंड तब्दील कर ले जिहड़ी उन्हें टिप्पणी की है सुप्रीम कोर्ट के हथक वाली ये सुप्रीम कोर्ट कहती है उन्होंने शब्द कि अदालत की हथक वाली जी टिप्पणी की है उस टिप्पणी के प्रति खिमा जाचना कर लिया तो प्रशांत भूषण ने रिफ्यूज करता जी नहीं प्रशांत भूषण ने एक बयान अपना लिखती है जरा वो अदालत पेश किया उस लिखती बयान की कहते हैं कि ना मैं दया की भीख मंगूंगा ना मैं माफ़ी मंगूंगा जिस केस दे विच मैनू सज़ा दिती है मैं लोकतंत्र नू जुडिशरी नू जुडिशरी दे सत्कार नू बचाउण वास्ते ट्वीट कीते है जी ओ मेरा राइट बनता सी एक नागरिक दा एक गणतंत्र दे विच जो जिम्मेवारी बनती है मैं अपनी वो जिम्मेवारी जिम्मेवारी निभाई है जिम्मेवारियां मेरियां बहुत वड्डियां गणतंत्र नू लोकतंत्र नू बचाउण वास्ते जी लेकिन ओदा एक बहुत निक्का जिहा नमूना जिहड़ा मैं गल कही है तुसीं मैनू इह सज़ा दे रहे हो माड़ी गल है पर मैं सज़ा प्रवान करूँगा मैं माफ़ी नहीं मंगू तो ना ही मैं रहन की अपील ठीक ठीक करूँगा हाँ खुशवीर इतने वही गल ये है कि जिड़े उन्हें ये शब्द दोहराए है ये शब्द प्रशांत भूषण के अपने नहीं ये महात्मा गांधी के शब्द है उन्हें महात्मा गांधी के शब्दों को रिपीट किया लो जी मैं सज़ा दो तो मैं सज़ा वास्ते तैयार हाँ जस्टिस अरुण मिश्रा जी जिन्होंने नाल 36 दा अंकड़ा प्रशांत भूषण का हाँ जी वो कहिंदे आ कि व्यक्ति विशेष किन्ने भी चंगे काम कर रहे जे 100 काम वह चंगा करता है किड्डा भी चंगे तो चंगा व्यक्ति हो तो कई बार 10 काम गलत भी हो जाते और तुहानू अपना जिहड़ा स्टैंड चेंज कर लेना चाहिए वह कहिंदा जी नहीं मैं जो कुछ बोलिया जो कुछ मैं कहा वह मैं लोकतंत्र के हक में कहा मैं ये पोहरा भी तब्दीली नहीं करूँगा ठीक है अटारनी जनरल बैठे है के वेणुगोपाल गोपाल के वेणू गोपाल जो अटारनी जनरल भारत सरकार के सब तो वड्डे वकील है जी ठीक है कंटैम्प्ट के मामले के विच जरूरी होंगे कि कंटैम्प्ट की प्रोसीडिंग जी हैगी है वह स्टार्ट करे अटारनी जनरल अच्छा सुप्रीम कोर्ट के अटारनी जनरल ने परस्यू करना होंगे कि जी आ बंदे ने कंटैम्प्ट की है अच्छा जी लेकिन उन्होंने नहीं सी की सुप्रीम कोर्ट ने ना उन्होंने राय मंगी ना बोले चुप कर गए लेकिन कल एक अजीब गल वापरी कल के वेणू गोपाल कहते अदालत चाहिए दोषी करार देता इस मामले को इतने खत्म कर दे सजा ना किसी किस्म की दी जाए प्रशांत भूषण दोषी करार देता सफिशेंट है जी अदालत कहती तो सवाल नहीं पूछा अच्छा तुसी चुप कर दो अच्छा फिर जो देखा वो कह रहा है कि मैनू सज़ा दो मैं सज़ा लैन लई तैयार हाँ मैं खुशी खुशी थोड़ी सज़ा प्रवान करूँगा तुम मैं सज़ा दो हाँ अदालत कहती है तू सोच ला हाँ जी मैं टाइम ही नहीं बर्बाद करना अदालत का कादी खतर मैं सोचना हाँ तुसी मैनू सज़ा दो ऐलान करो हाँ। फिर अदालत वेणू गोपाल वाल झाकती है कहिंदे अटारनी जनरल साहब थोड़ा की विचार है हाँ। आप दो दिनों का समा दे दिए अच्छा ये माफ़ी मंग लैणगे हाँ। के वेणू गोपाल फिर कहिंदा है जी माय लॉर्ड मैं इस बंदे नू पिछले 30 साल तो जानना हाँ जी ये उस मिट्टी का नहीं बनया जिहड़ी माफ़ी मंगदी हो जी इहने माफ़ी नहीं मंगनी इहने माफ़ी नहीं मंगनी तो कहिंदा माफ़ी मैं भी नहीं मंगनी हुण अदालत ने उन्हों 24 तारीख तक का समा दे दिता है कि तुसी अपना जिहड़ा हैगा बयान दिता है इहनू सोध लिओ अच्छा वो कहिंदा सोध मैं जरूर लिआऊंगा हाँ। अदालत ने कहा मैं अदालत का सत्कार करदा लेकिन इस भुलेखे च ना रहो कि मैं
ਇਹਦਾ ਜਿਹੜਾ ਸਾਰ ਤੱਤ ਹੈ ਜਿਹੜਾ ਇਹਦਾ ਅੰਦਰਲਾ ਤੱਤ ਹੈ ਉਹ ਤਬਦੀਲ ਕਰ ਲੂੰਗਾ ਮੈਂ ਖੜਾ ਉੱਥੇ ਦਾ ਉੱਥੇ ਹੀ ਉੱਥੇ ਹੀ ਹੈ ਹੁਣ ਵੱਡੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਕਿਉਂ ਹਾਂਜੀ ਉਹਦੇ ਖਿਲਾਫ ਕੰਟੈਂਪਟ ਦੀ ਕਾਰਵਾਈ ਹੋਈ ਕਿਉਂ ਹੈ ਜੀ ਇਸ ਗੱਲ ਤੇ ਆਪਾਂ ਮਗਰੋਂ ਆਉਣੇ ਪਹਿਲੀ ਗੱਲ ਇਹ ਹੈ ਕਿ ਜਿਹੜੀ ਸੁਪਰੀਮ ਕੋਰਟ ਦਾ ਜਿਹੜਾ ਬੈਂਚ ਹਾਂਜੀ 14 ਤਾਰੀਖ ਨੂੰ ਇਹ ਗੱਲ ਕਹਿ ਰਿਹਾ ਸੀ 14 ਅਗਸਤ ਨੂੰ ਕਿ ਪ੍ਰਸ਼ਾਂਤ ਭੂਸ਼ਣ ਨੂੰ ਸਜ਼ਾ ਦੇਣੀ ਦੇਣੀ ਹੈ ਹਾਂਜੀ ਤੇ 20 ਤਾਰੀਖ ਨੂੰ ਆਪਾਂ ਸੁਣਵਾਈ ਕਰਾਂਗੇ ਜੀ ਉਹ ਤੋਂ ਪਹਿਲਾਂ ਪ੍ਰਸ਼ਾਂਤ ਭੂਸ਼ਣ ਨੇ ਇੱਕ ਐਪਲੀਕੇਸ਼ਨ ਦੇ ਦਿੱਤੀ ਕਿ ਜਿੰਨੀ ਦੇਰ ਤੱਕ ਮੈਂ ਰਿਵਿਊ ਪਟੀਸ਼ਨ ਦਾਇਰ ਨਹੀਂ ਕਰਦਾ ਉਨੀ ਦੇਰ ਤੱਕ ਇਸ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਜਾਵੇ ਜੀ ਅਦਾਲਤ ਮੁਲਤਵੀ ਨਹੀਂ ਕਰਦੀ ਹਾਂ ਲੇਕਿਨ ਕੁਝ ਹੀ ਮਿੰਟਾਂ ਦੇ ਵਿੱਚ ਅਦਾਲਤ ਆਪਣਾ ਮਨ ਕਿਵੇਂ ਬਦਲ ਲੈਂਦੀ ਹੈ ਹਾਂਜੀ ਸਵਾਲ ਹੈ ਕਿ ਹਾਂ ਕਿਵੇਂ ਬਦਲ ਲੈਂਦੀ ਹੈ ਕਿ ਤੂੰ ਜਾਣਦੇ ਯਾਰ ਅਸੀਂ ਤੈਨੂੰ ਮਾਫੀ ਦੇਣ ਨੂੰ ਤਿਆਰ ਹਾਂ ਉਹਦਾ ਮੈਂ ਨਹੀਂ ਮੰਗਦਾ ਹਾਲ ਤੇ ਤੂੰ ਤੂੰ ਮੈਂ ਤੇ ਪਹੁੰਚ ਗਈ ਜੀ ਅਦਾਲਤ ਕਹਿੰਦੇ ਸੀ ਤੈਨੂੰ ਮਾਫ ਕਰਨਾ ਉਹ ਕਹਿੰਦਾ ਮੈਂ ਮਾਫੀ ਮੰਗਦਾ ਹੀ ਨਹੀਂ ਜੀ ਤੇ ਇੱਥੇ ਆ ਕੇ ਜਿਹੜੀ ਹੈਗੀ ਹੈ ਗੱਲ ਫਸ ਗਈ ਹਾਂ ਇਹ ਹੁਣ ਗੱਲ ਕਿਉਂ ਹੋਇਆ ਹੋਈ ਕਿਉਂ ਹੈ ਹਾਂ ਇਹਦਾ ਕਾਰਨ ਇਹ ਹੋਇਆ ਕਿ ਦੇਸ਼ ਦੇ ਵਿੱਚੋਂ ਲਗਭਗ 3000 ਵਕੀਲਾਂ ਨੇ ਅੱਛਾ ਜੀ ਬੁੱਧੀਜੀਵੀਆਂ ਨੇ ਹਾਂ ਜਿਹਦੇ ਵਿੱਚ 13 ਦੇ ਕਰੀਬ ਜਿਹੜੇ ਹੈਗੇ ਰਿਟਾਇਰਡ ਜੱਜ ਹੈ ਹਾਂਜੀ ਉਹਨਾਂ ਨੇ ਲਿਖ ਕੇ ਦਿੱਤਾ ਕਿ ਜੋ ਕੁਝ ਪ੍ਰਸ਼ਾਂਤ ਭੂਸ਼ਣ ਕਹਿੰਦਾ ਇਹ ਅਸੀਂ ਵੀ ਕਹਿੰਦੇ ਅਸੀਂ ਵੀ ਕਹਿੰਦੇ ਮਤਲਬ ਫਿਰ ਜੇ ਉਹਨੂੰ ਸਜ਼ਾ ਮਿਲਦੀ ਹੈ ਤਾਂ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਸਾਨੂੰ ਵੀ ਦਿਓ ਕੱਲੀ ਇਹੀ ਨਹੀਂ ਕੁਝ ਸਟੇਟਾਂ ਦੇ ਵਿੱਚ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਆਪਾਂ ਦੇਖੀਏ ਹਾਈ ਕੋਰਟ ਦੇ ਵਕੀਲਾਂ ਨੇ ਜੀ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਜਥੇਬੰਦੀਆਂ ਨੇ ਜੀ ਬੁੱਧੀਜੀਵੀਆਂ ਨੇ ਹਾਂਜੀ ਹਾਈ ਕੋਰਟ ਦੇ ਸਾਹਮਣੇ ਕੱਲ ਨੰਬਰ ਗੇਟ ਨੰਬਰ 1 ਦੇ ਉੱਤੇ ਆ ਕੇ ਪ੍ਰੋਟੈਸਟ ਕੀਤਾ ਹੈ ਹਾਂ ਲਾਕਡਾਊਨ ਲੱਗਿਆ ਹੋਇਆ ਜਾਂ ਸੋਸ਼ਲ ਡਿਸਟੈਂਸ ਦੀ ਗੱਲ ਚੱਲਦੀ ਹੈ ਮਤਲਬ ਹਾਂ ਬੰਦਸ਼ਾਂ ਲੱਗੀਆਂ ਹੋਈਆਂ ਬੰਦਸ਼ਾਂ ਦਾ ਪੂਰਾ ਖਿਆਲ ਰੱਖਿਆ ਬਾਵਜੂਦ ਇਸ ਖਿਆਲ ਰੱਖਣ ਦੇ ਉੱਥੇ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਜੀ ਠੀਕ ਹੈ ਕਈ ਵਾਰੀ ਅਦਾਲਤਾਂ ਫੈਸਲੇ ਕਰ ਲੈਂਦੀਆਂ ਜੀ ਬਾਅਦ ਵਿੱਚ ਅਦਾਲਤਾਂ ਨੂੰ ਪਛਤਾਉਣਾ ਪੈਂਦਾ ਹੈ ਜੀ ਮੈਂ ਤੁਹਾਨੂੰ ਦੇਊਂਗਾ ਮਿਸਾਲ 1975 ਦੀ 1975 ਦੇ ਵਿੱਚ ਐਮਰਜੈਂਸੀ ਲੱਗ ਗਈ ਅੱਛਾ ਲੋਕਾਂ ਨੂੰ ਧੜਾ ਧੜ ਗ੍ਰਿਫਤਾਰ ਕਰ ਲਿਆ ਜੀ ਫੜ ਕੇ ਜੇਲ੍ਹਾਂ 'ਚ ਸੁੱਟ ਦਿੱਤਾ ਜੀ ਜੇ ਕਿਸੇ ਬੰਦੇ ਨੂੰ ਬਗੈਰ ਕਿਸੇ ਜ਼ੁਰਮ ਤੋਂ ਬਗੈਰ ਕਿਸੇ ਅਪਰਾਧ ਤੋਂ ਜੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇ ਤੇ ਉਹਦੇ ਵਾਰਸਾਂ ਦੇ ਕੋਲੇ ਇੱਕੋ ਇੱਕ ਰਾਹ ਹੈ ਜੀ ਉਹ ਹੈਬੀਅਸ ਕਾਰਪਸ ਪਟੀਸ਼ਨ ਪਾ ਦੇ ਕਿਹੜੀ ਹੈਬੀਅਸ ਕਾਰਪਸ ਅੱਛਾ ਬੰਦੀ ਪ੍ਰਤੱਖੀ ਕਰਨ ਨੂੰ ਪੰਜਾਬੀ 'ਚ ਕਵਾਂਗੇ ਅੱਛਾ ਕਿ ਆ ਸਾਡਾ ਬੰਦੀ ਹੈ ਇਹਨੂੰ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ ਪਰ ਕਲੇਮ ਕੀਤਾ ਜਾਵੇ ਅਦਾਲਤ ਦੇਖੇ ਕਿ ਇਹਨੂੰ ਕੀ ਸਜ਼ਾ ਦੇਣੀ ਠੀਕ ਹੈ ਅਦਾਲਤ ਦੇਖੇ ਕਿ ਇਹਦੀ ਜਿਹੜੀ ਗ੍ਰਿਫਤਾਰੀ ਹੈ ਉਹ ਜਾਇਜ਼ ਹੈ ਕਿ ਨਜਾਇਜ਼ ਹੈ ਚਲੋ ਹਾਂ ADR ਜਿਹੜਾ ADM ਜੱਬਲਪੁਰ ADM ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਜੱਬਲਪੁਰ ਨੇ ਕਿਸੇ ਬੰਦੇ ਨੂੰ ਇਸੇ ਤਰ੍ਹਾਂ ਜੀ ਨਜ਼ਰਬੰਦ ਕੀਤਾ ਸੀ ਅੱਛਾ ਉਹਦੇ ਵਾਰਸਾਂ ਨੇ ਪਾਤੀ ਪਟੀਸ਼ਨ ਉਹਦੀ ਪਟੀਸ਼ਨ ਥੱਲੇ ਰੱਦ ਹੋ ਗਈ ਹਾਈ ਕੋਰਟ 'ਚੋਂ ਉਹ ਸੁਪਰੀਮ ਕੋਰਟ 'ਚ ਆ ਗਏ ਜੀ 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 ਸੁਪਰੀਮ ਕੋਰਟ ਦੇ ਵਿੱਚ ਆ ਕੇ ਤੇ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਤੇ ਸੁਪਰੀਮ ਕੋਰਟ ਦੇ ਵਿੱਚ ਭਾਰਤ ਸਰਕਾਰ ਦੇ ਵਕੀਲਾਂ ਨੇ ਦਲੀਲ ਇਹ ਦਿੱਤੀ ਹਾਂਜੀ ਕਿ ਫੰਡਾਮੈਂਟਲ ਰਾਈਟ ਹੈ ਜਿਹੜੇ ਹਾਂਜੀ ਜਿਹੜੇ ਬੁਨਿਆਦੀ ਹੱਕ ਹੈ ਸੰਵਿਧਾਨ ਨੇ ਦਿੱਤੇ ਹੈ ਹਾਂਜੀ ਉਹ ਐਮਰਜੈਂਸੀ ਦੇ ਵਿੱਚ ਮੁਅੱਤਲ ਹੋ ਚੁੱਕੇ ਹੈ ਸੰਵਿਧਾਨ ਮੁਅੱਤਲ ਹੋ ਚੁੱਕਾ ਹੈ ਜੀ ਇਸ ਲਈ ਜਿਹੜੇ ਇਹ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਆ ਬੰਦੀ ਪ੍ਰਤੱਖੀ ਕਰਨ ਦੀ ਗੱਲ ਕਰਦੇ ਆ ਉਹ ਇੱਥੇ ਲਾਗੂ ਨਹੀਂ ਹੁੰਦਾ ਅੱਛਾ ਇਹਨਾਂ ਨੂੰ ਜਿਹੜਾ ਹੈਗਾ ਰਿਹਾਅ ਨਹੀਂ ਕੀਤਾ ਜਾ ਸਕਦਾ ਐਮਰਜੈਂਸੀ ਦੌਰਾਨ ਮਤਲਬ ਇਹ ਫੈਸਲਾ ਐਮਰਜੈਂਸੀ ਦੌਰਾਨ ADM ਜੱਬਲਪੁਰ ਅੱਛਾ ਉਸ ਵੇਲੇ ਕੀ ਹੋਇਆ ਜੀ ਜਿਹੜੇ ਜੱਜ ਸਹਿਬਾਨ ਸੰਵਿਧਾਨਕ ਬੈਂਚ ਦੇ ਵਿੱਚ ਬੈਠੇ ਸੀ ਅੱਛਾ 5 ਜਾਂ 5-6 ਜੱਜਾਂ ਦਾ ਵੱਡਾ ਬੈਂਚ ਹੁੰਦਾ ਹੈ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਬਿਲਕੁਲ ਅਸੀਂ ਭਾਰਤ ਸਰਕਾਰ ਨਾਲ ਸਹਿਮਤ ਹਾਂ ਅੱਛਾ ਸੰਵਿਧਾਨ ਸਸਪੈਂਡ ਹੋ ਚੁੱਕਾ ਹੈ ਹਾਂ ਭਾਰਤ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਜਿੰਨਾ ਮਰਜ਼ੀ ਹੈ ਤਸ਼ੱਦਦ ਕਰ ਲਏ ਓਕੇ ਜਿੰਨੇ ਮਰਜ਼ੀ ਹੈ ਜ਼ੁਲਮ ਕਰ ਲਏ ਓਕੇ ਅਦਾਲਤਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੀਆਂ ਓਕੇ ਸਰਕਾਰ ਦੇ ਹੱਕ 'ਚ ਸਰਕਾਰ ਦੇ ਹੱਕ ਦੇ ਵਿੱਚ ਸਰੈਂਡਰ ਕਰਤਾ ਸੁਪਰੀਮ ਕੋਰਟ ਠੀਕ 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 ਜਦੋਂ ਸੁਪਰੀਮ ਕੋਰਟ ਨੇ ਸਰੈਂਡਰ ਕਰਤਾ ਉਹ ਤੋਂ ਬਾਅਦ ਐਮਰਜੈਂਸੀ ਖੁੱਲ ਗਈ ਬੰਬੇ ਹਾਈ ਕੋਰਟ ਨੇ ਇੱਕ ਰੈਜੂਲੇਸ਼ਨ ਪਾਸ ਕੀਤਾ ਜੀ ਜੱਜਾਂ ਦਾ ਨਾਂ ਲੈ ਕੇ ਅੱਛਾ ਕਿ ਇਹਨਾਂ ਜੱਜਾਂ ਨੇ ਆਹ ਗੱਲ ਕੀਤੀ ਹੈ ਤੇ ਇਹਨਾਂ ਜੱਜਾਂ ਦੀ ਨਿਖੇਧੀ ਕਰਦੇ ਹਾਂ ਅਸੀਂ ਇਹਨਾਂ ਨੇ ਭਾਰਤੀ ਕਨਸਟੀਟਿਊਸ਼ਨ ਨੇ ਜੋ ਫੰਡਾਮੈਂਟਲ ਰਾਈਟ ਦਿੱਤੇ ਆ ਜਿਨ੍ਹਾਂ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਐਟ ਐਨੀ ਕੋਸਟ ਜਿਨ੍ਹਾਂ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ ਇਹਨਾਂ ਨੇ ਗਲਤ ਕੀਤਾ ਹੈ ਆ ਕੁਝ ਲੋਕਾਂ ਨੇ ਪਟੀਸ਼ਨਾਂ ਪਾਤੀਆਂ ਹਾਂ ਕੰਟੈਂਪਟ ਪਟੀਸ਼ਨਾਂ ਪਾਤੀਆਂ ਜੀ ਇਹ ਕੰਟੈਂਪਟ ਹੋ ਗਈ ਜੀ ਔਰ ਉਹਨਾਂ ਜੱਜ ਸਹਿਬਾਨ ਨੇ ਕਿਹਾ ਕਿ ਅਸੀਂ ਇਹ ਮਾਮਲੇ ਦੀ ਸੁਣਵਾਈ ਨਹੀਂ ਕਰਨੀ ਇਹ ਬੇਕਾਰ ਪਟੀਸ਼ਨ ਅਸੀਂ ਸੁਣਵਾਈ ਨਹੀਂ ਕਰਨੀ ਕਿ ਅਸੀਂ ਕਿਸੇ ਵਿਵਾਦ 'ਚ ਨਹੀਂ ਪੈਣਾ ਅੱਛਾ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਹੈ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਚਰਚਿਤ ਜੱਜ ਸਾਹਿਬ ਹੈ ਜਿਨ੍ਹਾਂ ਦੀਆਂ ਜੱਜਮੈਂਟਸ ਬਹੁਤ ਵਧੀਆ ਹੁੰਦੀਆਂ ਅੱਛਾ ਜਿਨ੍ਹਾਂ ਦਾ ਨਾਮ ਹੈ ਮਿਸਟਰ ਚੰਦਰਾਚੂੜ ਚੰਦਰਾਚੂੜ ਹਾਂਜੀ ਹੈਗੇ ਨਾ ਚੰਦਰਾਚੂੜ ਜਿਹੜੇ ਆ ਕਿਸੇ ਦਿਨ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣ ਗਏ ਅੱਛਾ ਉਹਨਾਂ ਦੇ ਪਿਤਾ ਸ਼੍ਰੀ ਹੁੰਦੇ ਸੀ ਚੰਦਰਾਚੂੜ ਜੀ ਉਹ ਵੀ ਸੁਪਰੀਮ ਕੋਰਟ ਦੇ ਜੱਜ ਹੁੰਦੇ ਸੀ ਜੀ ਔਰ ਐਮਰਜੈਂਸੀ ਲੱਗੀ ਤੋਂ ਬਾਅਦ ਉਹਨਾਂ ਨੇ ਜਨਤਕ ਤੌਰ ਤੇ ਮਾਫੀ ਮੰਗੀ ਹਾਂ ਕਿ ਅਸੀਂ ਲੋਕ ਡਰ ਗਏ ਸਾਂ ਹਾਂ
सरकार तो हुण जिहड़ी प्रशांत भूषण की कार्रवाई हो रही है जिहड़ी कल एकदम सुप्रीम कोर्ट के जजां दा नजरिया चेंज होया मेरा ख्याल है भी इहदा जनतक डरता नहीं किते कसूर की है जेडे कसूर दोषी करार दिता गया सजा दी जा रही है कसूर दो है एक कसूर तो 2009 दे इंटरव्यू दी 2008-09 ਦੇ ਵਿੱਚ ਤਹਿਲਕਾ ਅਖਬਾਰ ਨੂੰ ਹਾਂਜੀ ਔਰ ਤਹਿਲਕਾ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਉਹਨਾਂ ਨੇ ਕਿਹਾ ਸੀ ਕਿ ਭਾਰਤੀ ਜੁਡੀਸ਼ਰੀ ਦੇ ਅੱਧੇ ਜੱਜ ਆ ਜਿਹੜੇ ਇਹ ਭ੍ਰਿਸ਼ਟਾਚਾਰ ਦੇ ਵਿੱਚ ਲੱਥ-ਪੱਥ ਹੈ ਇਹਦੇ ਤੇ ਉਹਦੇ ਖਿਲਾਫ ਕੇਸ ਦਰਜ ਹੋ ਗਿਆ ਜੀ ਕੰਟੈਂਪਟ ਦੀ ਕਾਰਵਾਈ ਸ਼ੁਰੂ ਹੋ ਗਈ ਜੀ ਕੰਟੈਂਪਟ ਦੀ ਕੇਸ ਦਰਜ ਹੋ ਗਿਆ ਉਹਨੇ ਐਫੀਡੈਵਿਟ ਦਿੱਤਾ ਜੀ ਹਲਫੀਆ ਬਿਆਨ ਦਿੱਤਾ ਵੀ ਆਹ ਲਓ ਜੀ ਮੇਰਾ ਐਫੀਡੈਵਿਟ ਉਹਦੇ ਫਾਦਰ ਆ ਸ਼ਾਂਤੀ ਭੂਸ਼ਣ ਜਿਹੜੇ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਖਿਲਾਫ ਕੇਸ ਲੜਿਆ ਸੀ ਜਿਹਦੇ 'ਚ ਇੰਦਰਾ ਗਾਂਧੀ ਨੂੰ ਅਨਸੀਟ ਕੀਤਾ ਗਿਆ ਸੀ ਇੰਦਰਾ ਗਾਂਧੀ ਦੀ ਚੋਣ ਰੱਦ ਕੀਤੀ ਗਈ ਸੀ ਅਤੇ ਇੰਦਰਾ ਗਾਂਧੀ ਨੂੰ ਆਪਣੀ ਗੱਦੀ ਬਚਾਉਣ ਵਾਸਤੇ ਐਮਰਜੈਂਸੀ ਲਾਉਣੀ ਪਏਗੀ ਸੀ ਜੀ ਠੀਕ ਹੈ ਉਸ ਕੇਸ ਦੀ ਪੈਰਵੀ ਉਹਦੇ ਬਾਪ ਨੇ ਕੀਤੀ ਸੀ ਸ਼ਾਂਤੀ ਭੂਸ਼ਣ ਨੇ ਇੱਕ ਐਫੀਡੈਵਿਟ ਉਹਨੇ ਦਿੱਤਾ ਜੀ ਕਿ ਮੈਂ ਬਹੁਤ ਪੁਰਾਣਾ ਪ੍ਰੈਕਟਿਸ ਕਰਦਾ ਅਤੇ ਆਹ ਇਲਜ਼ਾਮ ਹੈ ਜੀ ਇਹਨਾਂ ਦੀ ਗੱਲ ਜੱਜ ਸਾਹਿਬਾਨ ਨੇ ਜਦੋਂ ਐਫੀਡੈਵਿਟ ਪੜ੍ਹੇ ਉਹ ਸਾਰਾ ਪੜ੍ਹਿਆ ਤੇ ਫਿਰ ਜੱਜ ਸਾਹਿਬਾਨ ਨੂੰ ਪਤਾ ਲੱਗਿਆ ਕਿ ਗੱਲ ਤਾਂ ਗੜਬੜ ਹੋ ਗਈ ਇਹਦੇ ਨਾਲ ਤਾਂ ਜੁਡੀਸ਼ਰੀ ਦੀ ਬਦਨਾਮੀ ਬਹੁਤ ਹੋ ਗਈ ਉਹਨਾਂ ਨੇ ਨਾ ਤਾਂ ਉਹ ਕੇਸ ਖਤਮ ਕੀਤਾ ਤੇ ਨਾ ਉਸ ਕੇਸ ਦੀ ਪ੍ਰੋਸੀਡਿੰਗ ਅਗਾਂਹ ਤੋਰੀ ਉਹਨੂੰ ਸਿਰਫ ਠੱਪ ਕਰਕੇ ਰੱਖਤਾ ਅੱਛਾ ਇੱਕ ਤਾਂ 2009 ਦਾ ਕੇਸ ਹੁਣ ਉਹ ਕੱਢ ਲਿਆ ਅੱਛਾ ਜੀ ਇੱਕ ਦੋ ਕੇਸ ਇੱਕ ਕੇਸ ਹੋਰ ਕੱਢ ਲਿਆ ਉਹ ਕੇਸ ਕੀ ਹੈ ਉਹ ਕੇਸ ਇਹ ਹੈ ਕਿ ਇੱਕ ਤਾਂ ਪ੍ਰਸ਼ਾਂਤ ਭੂਸ਼ਣ ਨੇ ਇਹ ਟਵੀਟ ਕੀਤਾ ਸੀ ਕਿ ਪਿਛਲੇ 6 ਸਾਲਾਂ ਦੌਰਾਨ ਲੋਕਤੰਤਰ ਦਾ ਜਿਹੜਾ ਕਾਹਨ ਹੋਇਆ ਜੀ ਇਸ ਲੋਕਤੰਤਰ ਦੇ ਕਾਹਨ ਦੀ ਜਦੋਂ ਵਿਸ਼ਲੇਸ਼ਣ ਕਰਨਗੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਂ ਉਹ ਇਹਦੇ ਵਿੱਚ ਜਿਹੜੇ 4 ਲੇਟੈਸਟ ਜੱਜ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈ ਉਹਨਾਂ ਦਾ ਜ਼ਿਕਰ ਵੀ ਕਰਨਗੇ ਕਿ ਉਹ ਵੀ ਆਪਣੀ ਸੰਵਿਧਾਨਕ ਭੂਮਿਕਾ ਨਿਭਾਉਣ ਦੇ ਵਿੱਚ ਅਸਫਲ ਰਹੇ ਠੀਕ ਹੈ ਇੱਕ ਟਵੀਟ ਤਾਂ ਉਹਨਾਂ ਨੇ ਇਹ ਕੀਤਾ ਜੀ ਇੱਕ ਟਵੀਟ ਉਹਨਾਂ ਨੇ ਕਰ ਦਿੱਤਾ ਕਿ ਮਿਸਟਰ ਐਸ ਏ ਬੋਬਡੇ ਸਾਹਿਬ ਸਾਡੇ ਚੀਫ ਜਸਟਿਸ ਹੈ ਇਹ ਨਾਗਪੁਰ ਆਪਣੇ ਘਰ ਜਾਂਦੇ ਲਾਕਡਾਊਨ ਲੱਗਿਆ ਹੋਇਆ ਸਾਰਾ ਕੁਛ ਠੱਪ ਕੀਤਾ ਹੋਇਆ ਉਸ ਵੇਲੇ ਇਹ ਇੱਕ ਹਾਰਲੇ ਮੋਟਰਸਾਈਕਲ ਦੇ ਉੱਤੇ ਬੈਠੇ ਹੈ ਨਾ ਤਾਂ ਇਹਨਾਂ ਨੇ ਹੈਲਮਟ ਲਿਆ ਨਾ ਇਹਨਾਂ ਨੇ ਮਾਸਕ ਪਹਿਨਿਆ ਹੋਇਆ ਆਲੇ ਦੁਆਲੇ ਲੋਕ ਖੜੋਤੇ ਹੈ ਹੈਲਮਟ ਲੈਣ ਦੀ ਲੋੜ ਨਹੀਂ ਸੀ ਕਿਉਂਕਿ ਸਟੈਂਡ ਲੱਗਾ ਸੀ ਖੜਾ ਸੀ ਮੋਟਰਸਾਈਕਲ ਲੇਕਿਨ ਜਿਹੜਾ ਮਾਸਕ ਲੱਗਣਾ ਉਹ ਬਹੁਤ ਜ਼ਰੂਰੀ ਸੀ ਮਾਸਕ ਨਹੀਂ ਸੀ ਲੱਗਿਆ ਉਹਨੇ ਇਹ ਜ਼ਿਕਰ ਕਰ ਦਿੱਤਾ ਨਾਲ ਉਹਨੇ ਲਿਖ ਦਿੱਤਾ ਕਿ ਜਦੋਂ ਲਾਕਡਾਊਨ ਹੋਇਆ ਵੈ ਸਾਰਾ ਕੁਛ ਠੱਪ ਪਿਆ ਉਦੋਂ ਮਤਲਬ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਜੱਜ ਸਾਹਿਬ ਇਸ ਤਰ੍ਹਾਂ ਸ਼ਰੇਆਮ ਤੁਰੇ ਫਿਰਦੇ ਆ ਲੋਕਾਂ ਨੂੰ ਲਾਕਡਾਊਨ ਕਰਕੇ ਇਹਦੇ 'ਤੇ ਹੁਣ ਜਿਹੜਾ ਹੈਗਾ ਜਿਹੜਾ ਉਹਨੂੰ ਦੋਸ਼ੀ ਕਰਾਰ ਦਿੱਤਾ ਹੈ ਇਹ ਦੋ ਟਵੀਟ ਇਹ ਆ ਗਏ ਇਹਨਾਂ ਦੀ ਕੰਟੈਂਪਟ ਆ ਗਈ ਉਹਨੇ ਜਵਾਬ ਦਿੱਤਾ ਜਵਾਬ ਕਿੰਨਾ ਦਿੱਤਾ 142 ਪੇਜਾਂ ਦਾ 142 ਪੇਜਾਂ ਦਾ ਐਫੀਡੈਵਿਟ ਆ ਉਹ ਕਹਿੰਦਾ ਜੀ ਆਹ ਚੱਕੋ 142 ਪੇਜ ਉਹਦੇ 'ਤੇ ਵਿਚਾਰ ਨਹੀਂ ਅਜੇ ਤੱਕ ਕੀਤੀ ਨਹੀਂ ਬਸ ਹੁਣ ਕਿਹਾ ਤੂੰ ਗਿਲਟੀ ਕਰਾਰ ਦਿੱਤਾ ਤੈਨੂੰ ਹੁਣ ਇੱਥੇ ਅਗਲੀ ਗੱਲ ਇੱਕ ਹੋਰ ਮੈਂ ਨਾਲ ਹੀ ਜੋੜਨੀ ਚਾਹੂੰਗਾ ਕੱਲ੍ਹ ਕੇ ਵੇਨੂਗੋਪਾਲ ਨੇ ਅਟਾਰਨੀ ਜਨਰਲ ਨੇ ਫਿਰ ਇਹ ਗੱਲ ਕਹਿਤੀ ਉਹ ਕਹਿੰਦਾ ਜੀ 5 ਮੌਜੂਦਾ ਜੱਜਾਂ ਨੂੰ ਮੈਂ ਜਾਣਦਾ ਜਿਨ੍ਹਾਂ ਜੱਜਾਂ ਨੇ ਇਹ ਗੱਲ ਕਹੀ ਹੈ ਕਿ ਲੋਕਤੰਤਰ ਹੈ ਜਿਹੜਾ ਉਹਨੂੰ ਬਚਾਉਣ ਦੇ ਵਿੱਚ ਸੁਪਰੀਮ ਕੋਰਟ ਜਾਂ ਅਦਾਲਤ ਅਸਫਲ ਹੋ ਰਹੀ ਹੈ ਅੱਛਾ ਵੇਨੂਗੋਪਾਲ ਜੀ ਨੇ ਵੀ ਕਿਹਾ ਇਹ ਕਹਿਤਾ 9 ਜੱਜਾਂ ਦੀ ਮੇਰੇ ਕੋਲ ਸੂਚੀ ਹੋਰ ਹੈ ਜਿਹੜੇ ਸਾਬਕ ਹੈ ਜਿਹੜੇ ਕਹਿ ਚੁੱਕੇ ਆ ਕਿ ਹਾਂ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਸੁਪਰੀਮ ਕੋਰਟ ਦਾ ਉੱਪਰਲਾ ਹਿੱਸਾ ਫਸਿਆ ਹੋਇਆ ਅੱਛਾ ਉੱਪਰਲਾ ਹਿੱਸਾ ਉਹ ਵੀ ਹਾਂ ਹਾਂ ਵੱਡੇ ਬੰਦ ਸੀਨੀਅਰ ਬੰਦਿਆਂ ਦੀ ਉਹਨੇ ਕਹਿੰਦਾ ਵੀ ਆਹ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਵੀ ਕਹੀਆਂ 9 ਤੇ 5 14 ਜੇ 14 ਜੱਜਾਂ ਨੇ ਜਿਹੜੀ ਗੱਲ ਕਹੀ ਹੈ ਜੇ ਪ੍ਰਸ਼ਾਂਤ ਭੂਸ਼ਣ ਨੇ ਉਹ ਗੱਲ ਕਹਿ ਦਿੱਤੀ ਤੁਹਾਨੂੰ ਗਲਤ ਕੀ ਕਹਿਤਾ ਠੀਕ ਹੈ ਉਹਦੇ ਉੱਤੇ ਉਹਨੂੰ ਗਿਲਟੀ ਕਰਾਰ ਦਿੱਤਾ ਅਗਲੀ ਗੱਲ ਜੀ 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 ਮਿਸਟਰ ਦੀਪਕ ਮਿਸ਼ਰਾ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜ ਹੁੰਦੇ ਸੀ ਹਾਂਜੀ ਚੀਫ ਜੱਜ ਮੁੱਖ ਜੱਜ ਜੀ ਉਹਨਾਂ ਦੇ ਖਿਲਾਫ ਉਹਨਾਂ ਦੇ 4 ਸੀਨੀਅਰ ਸਾਥੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਅੱਛਾ ਜਿਨ੍ਹਾਂ ਦੇ ਵਿੱਚ ਰੰਜਨ ਗੋਗੋਈ ਵੀ ਸ਼ਾਮਲ ਸੀ ਜੀ ਉਹਨਾਂ ਨੇ ਕਿਹਾ ਜੀ ਜਿਹੜੀ ਕੇਸਾਂ ਦੀ ਅਲਾਟਮੈਂਟ ਹੈ ਉਹਦੇ ਵਿੱਚ ਵਿਤਕਰੇਬਾਜ਼ੀ ਹੁੰਦੀ ਹੈ ਕਹਿਣ ਤੋਂ ਭਾਵ ਕੀ ਸੀ ਕਿ ਕਿਹੜਾ ਕੇਸ ਕਿਸ ਜੱਜ ਨੂੰ ਦਿੱਤਾ ਜਾਣਾ ਜੀ ਇਹਦਾ ਫੈਸਲਾ ਚੀਫ ਜਸਟਿਸ ਸਾਹਿਬ ਕਰਦੇ ਹੈ ਉਹਨਾਂ ਨੇ ਕਿਹਾ ਕੋਈ ਤੀਜੀ ਸ਼ਕਤੀ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਨੂੰ ਚਲਾ ਰਹੀ ਹੈ ਜੀ ਭਾਵ ਇਹਦਾ ਕੀ ਕੱਢ ਗਏ ਆਪਾਂ ਭਾਵ ਇਹ ਕਹਿੰਦੇ ਕਿ ਜੋ ਉੱਪਰੋਂ ਕਿਹਾ ਜਾਂਦਾ ਹੈ ਕਿ ਆਹ ਕੇਸ ਇਹ ਜੱਜ ਨੂੰ ਦੇ ਦਿਓ ਉਹੀ ਦਿੱਤਾ ਜਾਂਦਾ ਤੀਜੀ ਤਾਕਤ ਤਾਂ ਭਾਵ ਹੈ ਵੀ ਉਹਨਾਂ ਨੇ ਸੱਤਾ ਵੱਲ ਇਸ਼ਾਰਾ ਕੀਤਾ
कि सत्ता दे कहे दे उते चीफ जस्टिस साहब चलदे जी ठीक है। बाद दे विच रंजन गोगोई साहब चीफ जस्टिस बन जांदे जी। बड़ियां गल्लां बड़ियां अजीबो गरीब हुंदे चीफ जस्टिस दे खिलाफ ओदी स्टाफ दी इक फीमेल मेंबर ने सैक्सुअल हरासमेंट दे इल्जाम लाते। अच्छा कि चीफ जस्टिस ने मेनू जिहड़ा हैगा इस तरह बेइज्जत कीता है, बहुत गलत हो गई। इहदे ते जदों गल हो गई उन्हें जिन्ने चीफ अपने सुप्रीम कोर्ट के जज है सब नू अपना एफीडेविट भेजता। चर्चा होने लग गई, वकीलों के मुँह से गल आ गई, जजा को गल आ गई, स्टाफ के मैंबर को हो गई, चीफ जस्टिस की तोए तोए होने लग गई। शनिवार को सुप्रीम कोर्ट बंद होती है, चीफ जस्टिस शनिवार को आके सुप्रीम कोर्ट खिलाते हैं, दो जजा नाल होर बहाते हैं, मीडिया को बुलाते हैं, मीडिया को बुला के तो फिर कहते हैं मेरे वर्गा ईमानदार बंदा कोई हो ही नहीं सकता। अच्छा। मैं जिंदगी दे विच नवे पैसे की हेराफेरी नहीं की जी। मेरे नालों मेरे जिहड़ा चपड़ासी है ओदा बैंक बैलेंस वधदा है, मेरे कोई कुछ भी नहीं जी। मीडिया दे राही कौम नूं खिताब कर रहे है जी, देश नूं खिताब कर रहे है, ये दसन वास्ते कि मैं सच्चा सुचा। अच्छा। फिर जिहड़ा हैगा सारी प्रोसीडिंग मुकम्मल हुंदी है। हाँ जी। बड़ी चुस्ती दे नाल हाँ जी चीफ जस्टिस रंजन गोगोई साहब उस फैसले दे उत्ते आप दस्तखत नहीं करदे, दूजे जो दो जजा तो करवा दें। अच्छा जी। इनू असीं की कहांगे? चीफ जस्टिस साहब दे हुंदिया वो मैडम जिहड़ी सीगी जिहने इल्जाम लाए सी ओहदी नौकरी खत्म जी, ओहदे हसबैंड ते ओहदा जिहड़ा देवर सी ओह नौकरी करदे सी शायद पुलिस दे विच, दिल्ली पुलिस दे विच करदे सी जी, उहनां ते केस बन गए जी, उहनां दीआं नौकरियां खतरे च पै गईआं जी, जज साहब चले गए जी, ओही सुप्रीम कोर्ट उस बीबी नूं बहाल कर दिंदी है। अच्छा। ओही सुप्रीम कोर्ट ओदे देवर नूं ते ओदे हसबैंड नूं दोष मुक्त कर दिंदी है, बचा दिंदे जी, और वो फिर आपदियां नौकरियां ते इहनूं असीं की कहांगे? और फिर हाँ धारा 142 जिहड़ी साडे भारतीय संविधान दी इहनूं असीं कह सकदे कंस्टीट्यूशन दा आर्टिकल 142। अच्छा। आर्टिकल 142 सुप्रीम कोर्ट नूं अख्तियार दिंदा कि किसी भी मामले दे विचों कोई भी फैसला कर सकदी। अच्छा ठीक है। जनतक हितां नूं मुख रखदे जदों इह लगे सुप्रीम कोर्ट नूं कि गल गड़बड़ हो गई उदों आर्टिकल 142 एक एडा वड्डा हथियार है जिहड़े हथियार नूं रेयरली इस्तेमाल कीता जांदा है। मेरे समयां दे विच मैं ओह हथियार दो वार इस्तेमाल हुंदा देखे। अच्छा किहड़े किहड़े? इक तां उदों जदों बाबरी मस्जिद वाला फैसला दित्ता है। अच्छा उदों उदों 142 दे तहत कहा कि लोकां दी आस्था दा सवाल है जी। ठीक है। उन्होंने जी ओह फैसला दित्ता मंत्र बनाउण दा, ठीक है ना, किंतु ना परंतु, ना किंतु ना परंतु कोई कर ही नहीं सकदा। एक 142 दा होणा पिछे जे दित्ता है जी, ये दो जिहड़े फैसले देते चलो हुण जे विच पेंडिंग पे इत्थे तां कुछ नहीं, जज साहब हैगे। हाँ हाँ। रंजन गोगोई साहब सेवा मुक्त हो गए। हाँ हाँ हाँ। सेवा मुक्त हुंदे नाल दी नाल ही भारत की कैबिनेट की सिफारिश के उत्ते केंद्रीय मंत्रिमंडल की सिफारिश के उत्ते मोदी साहब का मंत्रिमंडल है जिहड़ा जी जी, ओहदी सिफारिश के उत्ते जस्टिस रंजन गोगोई नूं हाँ जी राज्यसभा का मैंबर नामजद कर दिता जाता है। हाँ जी। इहनूं तुसीं की कहोगे? हाँ अद्धी रात जिहड़ा अद्धी रात नूं देश दे विच जो कुछ हो रहा है ओहदा सानूं पता नहीं लगदा, चिट्टे दिन जो कुछ हो रहा है तां सानूं दिख रहा है। हाँ जी हाँ जी समझ गए। जे अरलीन दी मॉर्निंग सुप्रीम कोर्ट छुट्टी वाले दिन खिलाई जाती है, सैक्सुअल हरासमेंट की आप दे खिलाफ लगे केसां दी आप सुनवाई की जाती है जी, आप फैसला दिता जाता है जी, आप ओहदे दस्तखत नहीं किए जाते रहे, इहनूं तुसीं की कहोगे? जी 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 ठीक है। जे तुसीं 142 दी ताकत का इस्तेमाल करते हो आर्टिकल 142 की तुसी नाल दी नाल ही मंदिर बनाउण दी इजाजत दे दिंदे हो और फिर तुसी मतलब जिहड़े हैगा एक माणयोग अहुदा जिहड़ा ओह प्रवान कर लैणी इहनूं की इही तां प्रशांत भूषण कह रहे जी जी जी। प्रशांत भूषण इही कह रहे हैं कि जुडिशरी दे जिहड़े माणयोग जज साहिबान है ओह अपने फ्यूचर नूं देख के फैसले करदे कि कल नूं असीं रिटायर होवांगे उहदे च की होऊगा। इत्थे भी उही गल आ रही है जिहड़ी इत्थे की हुई है कि प्रशांत भूषण ने एक इल्जाम लाया सी अरुण मिश्रा साहब के खिलाफ। हाँ वो आप पहला डिस्कस किया सी, मैं थोड़ा पार्टी दे विच कुछ बंदे आए सी हां जिहड़ा जिहड़ा सी सहारा बिरला जो थोम डेरिया सी जिन्ना दा केस सी जी उन्हां कोले ओही उन्हां दे ओदे विच शिवराज सिंह चौहान दे खिलाफ भी इल्जाम सी कि पैसे ओदे कोले भी गए है, ग्वालियर नू बिलोंग करदे है जी अरुण मिश्रा साहब जी, इन्हां दे रिश्ते दे विच व्याह हुंदा किसी दा भतीजे दा हुंदा शायद। हां जी हां जी। ओदे विच
चीफ मिनिस्टर शिवराज सिंह चौहान नू बुलाया जांदा है। हां जी ओदे नाल तस्वीरां खिचाईयां जांदियां। हां जी तस्वीरां जनतक हुंदियां, ओदे नाल गल्लां बातां कीतियां जांदियां। हां ठीक है। जिस जज दे कोले केस चलदा है ओही जज जे किसी बंदे नू शक्की बंदे दे नाल तस्वीरां खिलाउंदा चाहुंदा है ओनू ब्याह च बुलाउंदा ओदे नाल गल्लां करदा है, इहनू तुसीं की कहोगे किधर जांदी है? इहदे इह भी ट्वीट कीते सी, इह भी उदों ने कहा सी गलत हो रहा है। ਉਹਦਾ ਕਰਕੇ ਕਹਿੰਦਾ ਮੇਰੀ ਇਹਨਾਂ ਨਾਲ ਬਣਦੀ ਨਹੀਂ, ਮੇਰਾ ਕੇਸ ਲੈਂਦੇ ਨਾ ਭੇਜੋ। ਇਹ ਉਹਨਾਂ ਦੇ ਕੋਲ ਕਿਉਂ ਭੇਜਿਆ ਗਿਆ? ਹੁਣ ਡਰ ਹੀ ਲੱਗਣ ਲੱਗ ਪਿਆ ਕਿ ਜਿਵੇਂ ਜਨਤਾ ਖੜੀ ਹੋ ਗਈ ਜੀ, ਇਹ ਜਨਤਾ ਖੜੀ ਹੋ ਗਈ ਕਿਤੇ ਸਾਨੂੰ ਕੱਲ੍ਹ ਨੂੰ 2 ਸਤੰਬਰ ਨੂੰ ਅਗਸਤ ਅਗਲੇ ਮਹੀਨੇ ਦੀ 2 ਤਾਰੀਖ ਨੂੰ ਜੀ ਮਿਸ਼ਰਾ ਸਾਹਿਬ ਨੇ ਰਿਟਾਇਰ ਹੋ ਜਾਣਾ, ਉਹ ਤੋਂ ਬਾਅਦ ਹਾਲਤ ਕੀ ਹੋਊਗੀ? ਅੱਛਾ ਲੋਕਾਂ ਨੂੰ ਤੁਸੀਂ ਰੋਕ ਤਾਂ ਸਕਦੇ ਨਹੀਂ। ਅਗਲੀ ਗੱਲ, ਪ੍ਰਸ਼ਾਂਤ ਭੂਸ਼ਣ ਨੂੰ ਜਿਹੜਾ ਲੋਕ ਸਮਰਥਨ ਮਿਲ ਰਿਹਾ, ਪਬਲਿਕ ਸਮਰਥਨ ਮਿਲ ਰਿਹਾ, ਇਹਨੂੰ ਕਿਸੇ ਨੇ ਸੋਚਿਆ ਨਹੀਂ ਸੀ। ਤੁਹਾਡੇ ਯਾਦ ਹੋਣਾ ਹੈ ਆਪਾਂ ਇੱਥੇ ਡਿਸਕਸ ਕੀਤਾ ਸੀ, ਉਹ ਬੰਦਾ ਮਾਫੀ ਨਹੀਂ ਮੰਗੂਗਾ, ਉਹ ਬੰਦਾ ਮਾਫੀ ਨਹੀਂ ਮੰਗੂਗਾ ਔਰ ਉਹ ਬੰਦਾ ਇੱਕ ਜਨਤਕ ਸ਼ਖਸੀਅਤ ਦੇ ਤੌਰ ਤੇ ਉਭਰੂਗਾ ਜੀ। ਹੁਣ ਹੋਇਆ ਕੀ ਹੈ ਜੇ ਅਸੀਂ ਦੇਖੀਏ ਪਿਛਲੇ ਸਮੇਂ ਨੂੰ ਅਸੀਂ ਦੇਖੀਏ, ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਸਤਿਕਾਰ ਸੀ, ਉਹਨਾਂ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਬਣ ਗਏ ਜਿਹਨਾਂ ਦਾ ਲੇਖਾ ਕੋਈ ਨਹੀਂ ਸੀ, ਇੰਦਰਾ ਗਾਂਧੀ ਬਣ ਗਈ, ਵਿਵਾਦਾਂ 'ਚ ਘਿਰੀ ਹੋਈ ਸੀ, ਆਖਰੀ ਸਮੇਂ ਦੇ ਵਿੱਚ ਉੱਥੇ ਬੜੇ ਵਿਵਾਦ ਲੱਗਦੇ ਨੇ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਐਮਰਜੈਂਸੀ ਤੋਂ ਪਹਿਲਾਂ ਇੰਦਰਾ ਗਾਂਧੀ ਦੀ ਧੱਕੇਸ਼ਾਹੀ ਦੇ ਖਿਲਾਫ ਇੱਕ ਸ਼ਖਸੀਅਤ ਉਭਰੀ ਸੀ ਦੇਸ਼ ਦੇ ਵਿੱਚ, ਸ਼ਖਸੀਅਤ ਪੁਰਾਣੀ ਸੀ, ਫਰੀਡਮ ਫਾਈਟਰ ਸੀ, ਜੈ ਪ੍ਰਕਾਸ਼ ਨਰਾਇਣ ਜੀ। ਜੈ ਪ੍ਰਕਾਸ਼ ਨਰਾਇਣ ਦੇ ਮਗਰ ਦੇਸ਼ ਉੱਠ ਕੇ ਤੁਰ ਪਿਆ ਸੀ। ਅੱਛਾ, ਲੋਕ ਉੱਠ ਕੇ ਤੁਰ ਪਿਆ ਸੀ, ਦਰਮਿਆਨਾ ਤਬਕਾ ਜਿਹਨੂੰ ਅਸੀਂ ਮਿਡਲ ਕਲਾਸ ਕਹਿੰਦੇ ਹਾਂ ਜੀ ਜੀ, ਉਹ ਉੱਠ ਕੇ ਤੁਰ ਪਈ ਸੀ ਜੀ। ਹੁਣ ਪਿਛਲੇ ਲੰਬੇ ਸਮੇਂ ਤੋਂ ਖੁਸ਼ਵੀਰ ਤੁਸੀਂ ਦੇਖਿਆ ਹੋਣਾ, ਲੋਕਾਂ 'ਚ ਬੇਚੈਨੀ ਬਹੁਤ ਹੈ, ਲੋਕ ਦੁਖੀ ਬਹੁਤ ਹੈ, ਲੋਕ ਦੇਖਦੇ ਕਿ ਕਿਹਦੇ ਮਗਰ ਲੱਗੀ। ਕੰਪੇਨ ਅਗੇਂਸਟ ਕਰਪਸ਼ਨ ਚਲਾਈ, ਅੰਨਾ ਹਜ਼ਾਰੇ ਨੇ ਲੋਕ ਉਧਰ ਨੂੰ ਤੁਰੇ, ਉਹਦੇ ਵਿੱਚੋਂ 2 ਸਰਕਾਰਾਂ ਨਿਕਲੇਗਾ, ਇੱਕ ਮੋਦੀ ਦੀ ਸਰਕਾਰ, ਕਿਉਂਕਿ ਕੰਪੇਨ ਅਗੇਂਸਟ ਕਰਪਸ਼ਨ ਹੈ ਜਿਹੜੀ ਕੰਪੇਨ ਅਗੇਂਸਟ ਕਾਂਗਰਸ ਬਣ ਗਈ, ਉਹਦੇ ਵਿੱਚੋਂ ਮੋਦੀ ਦੀ ਸਰਕਾਰ ਨਿਕਲੇ, ਤੇ ਦਿੱਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਸਰਕਾਰ ਨਿਕਲੇ, ਲੋਕ ਫਿਰ ਫਰਸਟ੍ਰੇਟ ਹੋ ਗਏ, ਫਿਰ ਨਿਰਾਸ਼ ਹੋ ਗਏ। ਦਿੱਲੀ ਦੇ ਵਿੱਚ ਰਿਪੀਟ ਕਰ ਗਿਆ ਕੇਜਰੀਵਾਲ, ਬਿਲਕੁਲ ਠੀਕ ਹੈ, ਕੋਈ ਸ਼ੱਕ ਨਹੀਂ, ਲੇਕਿਨ ਬਾਕੀ ਦੇਸ਼ ਦੇ ਲੋਕ ਜਿਹੜੇ ਹੈਗੇ ਉਹਨਾਂ ਨੇ ਪੱਠੇ ਨਹੀਂ ਪਾਏ। ਪਾਰਲੀਮੈਂਟ ਦੀਆਂ ਚੋਣਾਂ ਲੜ ਕੇ ਦੇਖੀਆਂ, ਵਾਰਾਣਸੀ ਤੋਂ ਖੁਦ ਲੜੀ ਹੈ, ਅਰਵਿੰਦ ਕੇਜਰੀਵਾਲ ਨੇ ਹਾਰ ਗਿਆ। ਹਾਂਜੀ, ਜਦੋਂ ਉਹਨੇ ਰਿਪੀਟ ਕੀਤੀ ਸੀ, ਰਿਪੀਟ ਕਰਨ ਤੋਂ ਬਾਅਦ ਦੁਬਾਰਾ ਚੋਣਾਂ ਹੋਈਆਂ ਤੇ ਸੱਤੇ ਦੀਆਂ ਸੱਤੇ ਪਾਰਲੀਮੈਂਟ ਦੀਆਂ ਸੀਟਾਂ ਜਿਹੜੀਆਂ ਫਿਰ ਆ ਦਿੱਲੀ ਦੀਆਂ ਭਾਰਤੀ ਜਨਤਾ ਪਾਰਟੀ ਲੈ ਗਈ ਸੀ। ਕੇਂਦਰੀ ਪੱਧਰ ਦੇ ਉੱਤੇ ਮਿਡਲ ਕਲਾਸ ਨੂੰ, ਲੋਕਾਂ ਨੂੰ ਕੋਈ ਅਜਿਹਾ ਲੀਡਰ ਨਹੀਂ ਦਿੱਤਾ ਤੇ ਇਤਵਾਰ ਕਰਨ ਤੱਕ ਕਿਹਦੇ ਤੇ ਕਰਨ? ਹੁਣ ਇਸ ਵੇਲੇ ਜਿਹੜਾ ਹੈਗਾ, ਜਿਹੜਾ ਇੱਕ ਆਪ ਮੁਹਾਰੀ ਲੀਡਰ ਦੇ ਤੌਰ ਦੇ ਉੱਤੇ ਬੰਦਾ ਉੱਭਰ ਪਿਆ ਜੀ, ਜਿਹਦੇ ਮਗਰ ਮਿਡਲ ਕਲਾਸ ਵੀ ਜਿਹਦੇ ਵਿਸ਼ਵਾਸ ਕਰਦੀ ਹੈ, ਜਿਹਦੇ ਖਿਲਾਫ਼ ਜਿਹਦੇ ਹੱਕ ਦੇ ਵਿੱਚ ਆਪ ਮੁਹਾਰੀ ਮੁਹਿੰਮ ਉਠੋੜਤੀ, ਪੜ੍ਹਿਆ ਲਿਖਿਆ ਦੀ, ਨੌਜਵਾਨਾਂ ਦੀ, ਬੁੱਧੀਜੀਵੀਆਂ ਦੀ, ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਗੱਲ ਕਹਿ ਰਹੀ ਹੈ, ਜਿਹੜੇ ਸੁਚੇਤ ਹੈ, ਜਿਹੜੇ ਓਪੀਨੀਅਨ ਮੇਕਰ ਹੈ ਜੀ, ਸਹੀ ਹੈ, ਇੱਕ ਲੋਕ ਹੁੰਦੇ ਆ ਜਿਹੜੇ ਹੈ ਸਿਰਫ਼ ਦੇ ਵਿਚਾਰੇ ਭੇਡਾਂ ਦੇ ਪਿੱਛੇ ਲੱਗ ਭੇਡਾਂ ਦੇ ਪਿੱਛੇ ਜਿਹੜੇ ਲੋਕਾਂ ਨੂੰ ਜਿਹੜਾ ਹੈਗਾ ਕਨਵਿੰਸ ਕਰ ਸਕਦੇ ਆ, ਲੋਕਾਂ ਦਾ ਦਿਮਾਗ ਮੋੜ ਸਕਦੇ ਆ, ਓਪੀਨੀਅਨ ਮੇਕਰ ਹੈ ਜੀ ਜੀ, ਉਹ ਲੋਕ ਜਿਹੜੇ ਹੈਗੇ ਉੱਠ ਕੇ ਖੜੇ ਹੋ ਗਏ, ਤੇ ਉਹਨਾਂ ਦਾ ਅੱਜ ਦੇ ਯੁੱਗ ਦੇ ਵਿੱਚ ਚਾਨਣ ਮੁਨਾਰਾ ਕੌਣ ਹੈ? ਅੱਜ ਦੀ ਤਾਰੀਖ ਦੇ ਵਿੱਚ ਇੱਕੋ ਇੱਕ ਲੱਗਦਾ, ਪ੍ਰਸ਼ਾਂਤ ਭੂਸ਼ਣ, ਪ੍ਰਸ਼ਾਂਤ ਭੂਸ਼ਣ ਹੈ। ਹੁਣ ਇਹ ਚੀਜ਼ ਜਿਹੜੀ ਹੈਗੀ ਹੈ, ਇਸੇ ਕਰਕੇ ਸੁਪਰੀਮ ਕੋਰਟ ਕਹ ਲਈ ਹੈ ਤੂੰ ਮਾਫੀ ਲੈ, ਤੂੰ ਮਾਫੀ ਲੈ, ਉਹਦਾ ਮੈਂ ਨਹੀਂ ਲੈਂਦਾ, ਇਹ ਦਿੰਦੇ ਆ ਵੀ ਤਾਂ ਤੈਨੂੰ ਅਸੀਂ ਮਾਫੀ ਦਿੰਦੇ ਹਾਂ, ਤੂੰ ਮਾਫੀ ਲੈ ਲਾ, ਉਹ ਕਹਿੰਦਾ ਮੈਂ ਨਹੀਂ ਮਾਫੀ ਲੈਂਦਾ, ਮੈਂ ਨਹੀਂ ਮਾਫੀ ਲੈਂਦਾ, ਹਾਲਤ ਇਹ ਬਣ ਗਈ। ਇਹਨੂੰ ਅਸੀਂ ਕਹਿੰਦੇ ਹਾਂ ਲੋਕ ਸ਼ਕਤੀ, ਲੋਕ ਸ਼ਕਤੀ ਜੀ। ਜੀ ਢਿੱਲੋਂ ਸਾਹਿਬ, ਹਲੇ ਕੱਲ੍ਹ ਹੀ ਆਪਾਂ ਗੱਲ ਕੀਤੀ ਇੱਕ ਸਤਿਕਾਰਿਤ ਸ਼ਖਸੀਅਤ ਦੀ, ਸਤਿਕਾਰਯੋਗ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ, ਪਰ ਅੱਜ ਮੈਂ ਇਸ ਗੱਲ ਨੂੰ ਲੈ ਕੇ ਤੁਰ ਰਹੀ ਹਾਂ ਕਿ ਉਹ ਜਿਉਂਦੇ ਵੀ, ਸਿਆਸਤ ਦੇ ਵਿੱਚ ਜ਼ਿਕਰਯੋਗ ਰਹੇ, ਮ੍ਰਿਤਕ ਵੀ, ਪਰ ਨਾਂ ਦੀ ਵਰਤੋਂ ਨਾ ਕਰਦੇ ਹੋਏ ਸਿਆਸਤਦਾਨ ਉਹਨਾਂ ਦੇ ਨਾਮ ਦੀ ਦੁਰਵਰਤੋਂ ਜ਼ਿਆਦਾ ਕਰਦੇ ਨੇ। ਦੇਖੋ, ਕੱਲ੍ਹ ਆਪਾਂ ਉਹਨਾਂ ਦਾ ਜਿਹੜਾ ਕਹਿ ਸਕਦੀ ਹੈ ਸ਼ਹਾਦਤ ਦਿਨ ਸੀ, ਜੇ ਅਕਾਲੀ ਦਲ ਦੇ ਲੀਡਰਾਂ ਦੇ ਮੁਤਾਬਕ ਆਪਾਂ ਦੇਖੀਏ ਤਾਂ ਕੱਲ੍ਹ ਦੇ ਦਿਨ 20 ਅਗਸਤ ਨੂੰ ਉਹਨਾਂ ਦਾ ਕਤਲ ਹੁੰਦਾ, ਇਹ ਉਹਨਾਂ ਦੀ ਸ਼ਹਾਦਤ ਸੀ। ਕਈ ਵਾਰੀ ਇਤਿਹਾਸ ਬੜਾ ਅਜੀਬ ਮਜ਼ਾਕ ਕਰਦਾ ਹੈ। ਕੱਲ੍ਹ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸ਼ਹਾਦਤ ਦਿਵਸ, ਅਤੇ ਜਿਹੜਾ ਦੂਜਾ ਪਾਰਟ ਹੈ ਰਾਜੀਵ ਲੌਂਗੋਵਾਲ ਸਮਝੌਤੇ ਦਾ, ਪੰਜਾਬ ਸਮਝੌਤੇ ਦਾ, ਉਹ ਦੋ ਬੰਦਿਆਂ ਦੇ ਦਰਮਿਆਨ ਹੋਇਆ ਸੀ, ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਭਾਰਤ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਉਸ ਵਕਤ ਔਰ ਉਸ ਸਮਝੌਤੇ ਨੂੰ ਬੜਾ ਪ੍ਰਚਾਰਿਆ ਪ੍ਰਸਾਰਿਆ ਗਿਆ ਸੀ ਅਕਾਲੀ ਦਲ ਵੱਲੋਂ ਜੀ, ਕਿ ਜੀ ਇਹ ਇੱਕ ਅਜਿਹਾ ਸਮਝੌਤਾ ਹੈ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਕਿਸੇ ਪੋਲੀਟੀਕਲ ਪਾਰਟੀ ਦੇ ਹੈੱਡ ਨਾਲ ਕੀਤਾ।
ਸਾਡੇ ਲਈ ਕਹਿੰਦੇ ਇਦੋਂ ਵੱਡੀ ਮਾਣ ਕੀ ਦੀ ਗੱਲ ਕੀ ਹੋ ਸਕਦੀ ਕਿ ਅਕਾਲੀ ਦਲ ਨਾਲ ਦੇਸ਼ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਮਝੌਤਾ ਕੀਤਾ ਜੀ ਪਰ ਮੈਂ ਜਿਹੜਾ ਇਤਿਹਾਸ ਦਾ ਇਤਫਾਕ ਦੱਸਦਾ ਮਜ਼ਾਕ ਹੁੰਦਾ ਹੈ ਕਿ ਸੰਤਾਂ ਦਾ ਕੱਲ ਸ਼ਹੀਦੀ ਦਿਵਸ ਤੇ ਰਾਜੀਵ ਗਾਂਧੀ ਦਾ ਕੱਲ ਜਨਮ ਦਿਨ ਸੀ ਉਹਨਾਂ ਦਾ ਹਾਂ ਦੋ ਗੱਲਾਂ ਤੁਸੀਂ ਦੇਖੋ ਆਪਸ ਵਿੱਚ ਟਕਰਾਉਂਦੇ ਕੱਲ ਸੰਤਾਂ ਦੀ ਜਿਹੜੀ ਨਗਰੀ ਹੈ ਜਿੱਥੇ ਉਹਨਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਬਿਤਾਇਆ ਲੌਂਗੋਵਾਲ ਹਾਂਜੀ ਉੱਥੇ ਤਿੰਨ ਕਾਨਫਰੰਸਾਂ ਹੋਈਆਂ ਹਾਂਜੀ ਹਾਂਜੀ ਇੱਕ ਕਾਨਫਰੰਸ ਕੀਤੀ ਹੈ ਜੀ ਅਕਾਲੀ ਦਲ ਵਾਲਿਆਂ ਦੀ ਅਕਾਲੀ ਦਲ ਦੇ ਜਿਹੜੇ ਲੀਡਰ ਉੱਥੇ ਵੱਡੇ ਲੀਡਰ ਗਏ ਆ ਜਿਨ੍ਹਾਂ ਦਾ ਨਾਮ ਵਰਣਯੋਗ ਆਪਾਂ ਲੈ ਸਕਦੇ ਹਾਂ ਉਹ ਸੀ ਪ੍ਰੇਮ ਸਿੰਘ ਚੰਦੂਮਾਜਰਾ ਠੀਕ ਹੈ ਪ੍ਰੇਮ ਸਿੰਘ ਚੰਦੂਮਾਜਰਾ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੇ ਨਾਲ ਰਹੇ ਜੀ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਮਰਡਰ ਹੋ ਜਾਂਦਾ ਉਹ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਕਿਹਦੇ ਨਾਲ ਚਲੇ ਗਏ ਸੁਰਜੀਤ ਸਿੰਘ ਬਰਨਾਲਾ ਦੇ ਨਾਲ ਠੀਕ ਹੈ ਸੁਰਜੀਤ ਸਿੰਘ ਬਰਨਾਲਾ ਦੇ ਦੌਰ ਦੇ ਉੱਤੇ ਪ੍ਰੇਮ ਸਿੰਘ ਚੰਦੂਮਾਜਰਾ ਯੂਥ ਅਕਾਲੀ ਲੀਡਰ ਵੱਲੋਂ ਉਭਰੇ ਸੀ ਠੀਕ ਜੇ ਇੰਦਰਾ ਗਾਂਧੀ ਦੇ ਜ਼ਮਾਨੇ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਹਾਂਜੀ ਤਾਂ ਸੁਰਜੀਤ ਸਿੰਘ ਬਰਨਾਲਾ ਦੇ ਦੌਰ ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਹੋਇਆ ਸੀ ਉਦੋਂ ਬਲੈਕ ਥੰਡਰ ਬਲੈਕ ਥੰਡਰ ਤੋਂ ਪਹਿਲਾਂ ਜਦੋਂ ਖਾੜਕੂ ਧਿਰ ਦੇ ਕੁਛ ਮੁੰਡੇ ਉੱਥੇ ਆ ਗਏ ਸੀ ਜੀ ਉਹਨਾਂ ਮੁੰਡਿਆਂ ਤੋਂ ਉਹਨੂੰ ਦਰਬਾਰ ਸਾਹਿਬ 'ਚੋਂ ਕੱਢਣ ਵਾਸਤੇ ਹਾਂਜੀ ਜਿਹੜੇ ਵਿਅਕਤੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਮੋਰਚਾ ਮਿਲਿਆ ਸੀ ਸਰਕਾਰ ਵੱਲੋਂ ਜਾਂ ਅਕਾਲੀ ਦਲ ਵੱਲੋਂ ਉਹਨਾਂ ਦੀ ਅਗਵਾਈ ਕੌਣ ਕਰਦਾ ਸੀ ਉਹਨਾਂ ਦੀ ਅਗਵਾਈ ਕਰਦਾ ਸੀ ਪ੍ਰੇਮ ਸਿੰਘ ਚੰਦੂਮਾਜਰਾ ਅੱਛਾ ਮੇਰੇ ਕੋਲ ਇੱਕ ਅਜਿਹਾ ਸ਼ਖਸ ਅੱਜ ਵੀ ਮੌਜੂਦ ਆ ਆਪਣੇ ਜ਼ਿਲ੍ਹੇ ਦਾ ਹੀ ਹੈ ਅੱਜ ਕੱਲ੍ਹ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਅੱਛਾ ਅੱਛਾ ਔਰ ਉਸ ਵੇਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਕਾਰਕੁਨ ਹੁੰਦਾ ਸੀ ਜੀ ਮੇਰੇ ਨਾਲ ਬਚਪਨ ਤੋਂ ਬਹੁਤ ਸੀ ਉਹਦਾ ਸਤਿਕਾਰ ਪਿਆਰ ਸੀ ਭਾਵੇਂ ਸਾਡੀ ਵਿਚਾਰਧਾਰਾ ਦਾ ਆਪਸ ਵਿੱਚ ਕੋਈ ਮੇਲ ਨਹੀਂ ਸੀ ਅੱਛਾ ਉਸ ਵੇਲੇ ਉਹਨੇ ਮੈਨੂੰ ਦੱਸਿਆ ਸੀ ਉਹਨਾਂ ਨੇ ਚੰਦੂਮਾਜਰਾ ਦੀ ਕਾਰਵਾਈਨ ਖੋਲੀ ਸੀ ਔਰ ਬਾਅਦ ਦੇ ਵਿੱਚ ਪੁਲਿਸ ਅਫਸਰਾਂ ਨੂੰ ਵਿੱਚ ਪਾ ਪਵਾ ਕੇ ਉਹ ਕਾਰਵਾਈਨ ਵਾਪਸ ਬੁਲਾਈ ਸੀ ਅੱਛਾ ਸੰਤ ਲੌਂਗੋਵਾਲ ਦੇ ਸ਼ਹੀਦੀ ਦਿਵਸ ਦੇ ਉੱਤੇ ਅਕਾਲੀ ਦਲ ਨੇ ਜਿਹੜੀ ਕੱਲ੍ਹ ਕਾਨਫਰੰਸ ਕੀਤੀ ਉਹਦੇ ਉੱਤੇ ਪ੍ਰੇਮ ਸਿੰਘ ਚੰਦੂਮਾਜਰਾ ਪ੍ਰਮੁੱਖ ਲੀਡਰ ਸੀ ਸੁਖਵੀਰ ਸਿੰਘ ਬਾਦਲ ਹੈ ਨਹੀਂ ਸੀ ਹਰਸਿਮਰਤ ਕੌਰ ਬਾਦਲ ਹੈ ਨਹੀਂ ਸੀ ਜੀ ਤੇ ਨਾ ਹੀ ਸੀ ਬਿਕਰਮ ਸਿੰਘ ਮਜੀਠੀਆ ਜੀ ਪਰ ਹੋਰ ਸ਼ਖਸੀਅਤਾਂ ਕਿਹੜੀਆਂ ਸੀ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜੀ ਗੋਬਿੰਦ ਸਿੰਘ ਲੌਂਗੋਵਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸੇਵਾਦਾਰ ਰਹੇ ਅੱਛਾ ਸਿਆਸਤ ਉਹਨਾਂ ਨੂੰ ਵਿਰਸੇ ਵਿੱਚ ਮਿਲੀ ਹੈ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਵਜ੍ਹਾ ਕਾਰਨ ਹੀ ਮਿਲੀ ਸੀ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਇਸ ਦੁਨੀਆਂ 'ਚ ਨਹੀਂ ਰਹੇ ਹਾਂਜੀ ਉਸ ਵੇਲੇ ਚਾਹੀਦਾ ਸੀ ਕਿ ਸੰਤ ਦੀ ਵਿਰਾਸਤ ਸਾਡੇ ਕੋਲ ਰਹੇ ਹਾਂਜੀ ਸੁਰਜੀਤ ਸਿੰਘ ਬਰਨਾਲਾ ਨੇ ਟਿਕਟ ਲੌਂਗੋਵਾਲ ਨੂੰ ਉਸ ਵੇਲੇ ਦਿੱਤੀ ਸੀ ਉਦੋਂ ਲੌਂਗੋਵਾਲ ਪਹਿਲੀ ਵਾਰ MLA ਬਣਿਆ ਸੀ ਚਲੋ ਇਹ ਹੁਣ ਜਿਹੜੀ ਇੱਕ ਤਾਂ ਇਹ ਹੋ ਗਈ ਹਾਂ ਦੂਜੀ ਗੱਲ ਉੱਥੇ ਇੱਕ ਜਿਹੜੀ ਹੈ ਕਾਨਫਰੰਸ ਕੀਤੀ ਹੈ ਕਾਂਗਰਸ ਪਾਰਟੀ ਵੱਲੋਂ ਕਹਾਂਗੇ ਆਪਾਂ ਨੂੰ ਕਾਂਗਰਸ ਪਾਰਟੀ ਵੱਲੋਂ ਲੇਕਿਨ ਉੱਥੇ ਲੈਵਲ ਕਾਹਦਾ ਸੀ ਲੈਵਲ ਸੀ ਪੰਜਾਬ ਸਰਕਾਰ ਦਾ ਇਸ਼ਤਿਹਾਰ ਦਿੱਤੇ ਗਏ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿੱਤੇ ਇਸ਼ਤਿਹਾਰ ਪੰਜਾਬ ਸਰਕਾਰ ਨੇ ਵੀ ਦਿੱਤੇ ਜੀ ਅਤੇ ਤੀਜੀ ਜਿਹੜੀ ਕਾਨਫਰੰਸ ਉੱਥੇ ਹੋਈ ਹੈ ਉਹ ਹੋਈ ਹੈ ਜੀ ਜਿਹਦੇ ਸ਼ਰਧਾਂਜਲੀ ਸਮਾਗਮ ਵਾਲੀ ਉਹ ਸੁਖਦੇਵ ਸਿੰਘ ਢੀਂਡਸਾ ਦਾ ਡੈਮੋਕਰੇਟਿਕ ਅਕਾਲੀ ਦਲ ਉਹਦੇ ਵੱਲੋਂ ਹੋਈ ਹੈ ਅੱਛਾ ਹੁਣ ਜੇ ਸਾਰੀ ਜ਼ਿੰਦਗੀ ਸੰਤਾਂ ਦੇ ਪੂਰੇ ਹੋਣ ਵੇਲੇ ਤੱਕ ਸੰਤਾਂ ਦੇ ਨਾਲ ਗੋਬਿੰਦ ਸਿੰਘ ਲੌਂਗੋਵਾਲ ਨੇ ਕੱਟੀ ਹੈ ਹਾਂਜੀ ਤਾਂ ਰਾਜਨੀਤਿਕ ਤੌਰ 'ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣਾ ਜਿਹੜਾ ਹੈਗਾ ਜਨਮਦਾਤਾ ਸਮਝਦੇ ਆ ਢੀਂਡਸਾ ਸਾਹਿਬ ਅੱਛਾ ਕਿਉਂ ਢੀਂਡਸਾ ਸਾਹਿਬ ਕਹਿੰਦੇ ਆ ਕਿ ਮੈਨੂੰ ਰਾਜਨੀਤੀ ਦੇ ਵਿੱਚ ਸੰਤਾਂ ਦੀ ਪ੍ਰੇਰਣਾ ਹੀ ਲੈ ਕੇ ਆਈ ਸੀ ਅੱਛਾ ਅਤੇ ਮੈਂ ਸੰਤਾਂ ਦੇ ਨਾਲ ਸੁਣੀ ਤਿੰਨ ਚੀਜ਼ਾਂ ਹੋ ਗਈਆਂ ਵੀ ਮੇਰੇ ਨਾਲ ਜੁੜੋ ਜਿਹੜੇ ਸੰਤਾਂ ਦੇ ਪ੍ਰਸ਼ੰਸਕ ਹਾਂ ਹੁਣ ਪਹਿਲੀ ਗੱਲ ਤਾਂ ਆਪਾਂ ਇਹ ਦੇਖੀਏ ਕਿ ਅਕਾਲ 1985 20 ਅਗਸਤ 1985 ਨੂੰ ਸੰਤਾਂ ਦਾ ਕਤਲ ਹੁੰਦਾ ਹੈ ਉਦੋਂ ਤੋਂ ਲੈ ਕੇ 20 ਅਗਸਤ 2010 ਤੱਕ 30 ਸਾਲ ਕਿੰਨੇ ਹੋ ਗਏ 25 ਹਾਂ ਕਦੇ ਵੀ ਬਾਦਲ ਅਕਾਲੀ ਦਲ ਨੇ ਸੰਤਾਂ ਦੀ ਵਰਸੀ ਨਹੀਂ ਸੀ ਲਈ ਉਦੋਂ ਢੀਂਡਸਾ ਸਾਹਿਬ ਵੀ ਉਹਨਾਂ ਦੇ ਵਿੱਚ ਸੀ ਢੀਂਡਸਾ ਸਾਹਿਬ ਵੀ ਉਹਨਾਂ ਦੇ ਨਾਲ ਸੀ ਠੀਕ ਹੈ ਹਾਂ ਉਦੋਂ ਕਿੱਧਰ ਗਏ ਸੀ ਉਦੋਂ ਕੌਣ ਮਨਾਉਂਦਾ ਹੁੰਦਾ ਸੀ ਉਦੋਂ ਜਦੋਂ ਸੁਰਜੀਤ ਸਿੰਘ ਬਰਨਾਲਾ ਬਣਾਉਂਦਾ ਹੁੰਦਾ ਸੀ ਹਾਂ ਗੋਬਿੰਦ ਸਿੰਘ ਲੌਂਗੋਵਾਲ ਵੀ ਉਹਨਾਂ ਦੇ ਨਾਲ ਹੁੰਦਾ ਸੀ ਜੀ ਪਰ ਹਾਂ ਕਿਉਂਕਿ ਸੁਰਜੀਤ ਸਿੰਘ ਬਰਨਾਲਾ 2010 ਦੇ ਵਿੱਚ ਬਿਲਕੁਲ ਜਿਹੜਾ ਹੈਗਾ ਹਾਸ਼ੀਏ ਤੇ ਚਲਾ ਗਿਆ ਸੀ ਜੀ ਉਹਦਾ ਪਰਿਵਾਰ ਵੀ ਹਾਸ਼ੀਏ ਤੇ ਚਲਾ ਗਿਆ ਸੀ ਜੀ 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 ਤੇ ਉਹ ਸੰਤਾਂ ਦੀ ਵਿਰਾਸਤ ਸੰਗਰੂਰ ਤੇ ਉਸ ਇਲਾਕੇ ਦੇ ਵਿੱਚ ਜਿਹੜੀ ਹੈਗੀ ਹੈ ਉਹਨੂੰ ਕੈਸ਼ ਕਰਾਉਣਾ ਸੀ ਜੀ ਕੈਸ਼ ਕਰਾਉਣ ਵਾਸਤੇ ਫਿਰ ਬਾਦਲ
परिवार ने सोचा, बादल अकाली दल ने सोचा कि हम संतान की बरसी मनानी शुरू कर दी। 2010 तो बाद 25 साल बाद याद आ गई। 25 साल यही चीज जो हम आप देखिए उदो ढींसा साहब भी नहीं मनाते होंगे सी, बादल साहब के नाल सी नाल सी ओही गल ढींसा साहब संतान की विरासत को संभालने वास्ते ढींसा साहब भी मूहरे आ गए जी। कांग्रेस पार्टी जी ने गदारी की, जिन्हें धोखा किया संत हरचंद सिंह लौंगोवाल नाल, वह भी कहिंदे जी सब तो वड्डे खैर खुआ असी हाँ। हुण मैं कई चीज़ें इहो जिहियां होंदियां जिहड़ियां अपने नाल हौली हौली अपने चेते जांदियां। अच्छा, जदों समझौता होया संत हरचंद सिंह लौंगोवाल दा, उह तों पहलां ऑपरेशन ब्लू स्टार होया सी। अच्छा, ऑपरेशन ब्लू स्टार दे विच बहुत सारे लोग गिरफ्तार हो गए सी दरबार साहब दे अंदरों, जिहदे विच बिरसा सिंह बलटोहा, हरमिंदर सिंह गिल, अमरजीत सिंह चावला, यह वगैरह वगैरह सारे यूथ फैडरेशन दे, सिख स्टूडेंट्स फैडरेशन दे और यूथ अकाली दल दे सारे लीडर होंदे सी, सारे उहदे विच फड़े गए सी। ठीक है, संत हरचंद सिंह लौंगोवाल भी फड़े गए सी। आम तौर ते तुसीं सुणा जोधपुर केस, ज़्यादातर लोगों को जिहड़े 379 बंदे फड़े सी इन्हां नूं जोधपुर जेल च रखा गया। ठीक है, और बड़ा इन्हां दे खिलाफ इल्जाम की सी कि इन्होंने भारत देश के खिलाफ एक जंग शुरू की हुई है, बगैर किसी गल तो जेलांत बरी हो गए। लेकिन संत हरचंद सिंह लौंगोवाल थोड़े समय बाद वार कर लिया। ठीक है, दुर्वरतों कितने होंगी जी, मैं गल कही संत हरचंद सिंह लौंगोवाल वार कर लिया, वार कढ़ के उन्होंने एक मौका दिता गया कि जी वो उन्होंने परिवारों को मिलन जिहड़े परिवार प्रभावित है, जिहड़े पीड़ित परिवार है, जिन्हां दे लोग जिहड़े हैगे इस घरदूघारे दे विच मारे गए। अच्छा, संत हरचंद सिंह लौंगोवाल पंजाब दे वख-वख पिंडां च जांदे आ, शहरां च जांदे आ, पीड़ित परिवारों को मिलते हैं, सिखां नूं मिलते हैं, हिंदुआं नूं मिलते हैं, वो दिल्ली जांदे आ, वो कानपुर जांदे आ, उन्हां थावां ते जिथे इंदिरा गांधी दे कतल तों बाद जिहड़ा सिखां दा कतलेआम होया सी उन्हां नूं जाके मिलते हैं जी। उन्होंने मिलकर जो उन्होंने दुख दर्द संत हरचंद सिंह लौंगोवाल देखते हैं तो फिर उन्होंने नाल नाल एक काम किया जाता, बराबर एक टीम लगी हुई है। अच्छा, संत जी देखो जी सिखा आ दिन भी देखने पैने से, ये दिन क्यों हो जी, देखो जी हालात बहुत खराब है। संत जी हुण तुसीं चको पाना का बीड़ा, तुसीं जिहड़ा हैगा जी कौम नूं इस संकट दे विचों कढ़ो, जे ये मामला किसी तरीके मुकदा है, जे किसी तरीके मुकदा जी मुकाओ। 24 घंटे जो उन्होंने आले दुआले जो लोग गल कर लग गए तो संत वास्ते भी हो गया भी हाँ गल तो ठीक है। मैं प्रधान हाँ अकाली दल का, मैं मोर्चे का डिक्टेटर से, मोर्चे ने कुछ खटिया कमाया नहीं, आप क्यों ना कर रही। फिर एक बुंतर बुनी गई कि तुम जी राजीव गांधी के नाल तुहाडी सी गल करवाउणी। अच्छा, संत हरचंद सिंह दी राजीव गांधी के नाल जो फाइनल मुलाकात होंगी है जिसे पंजाब समझौता सही बंद होंगे। अच्छा, जुलाई के विच सी। हाँ जुलाई च, जुलाई 84 होनी 1985 जो समझौता होंगे तो दसन वाले लोग दसते हैं, कई लिखतों के आया कि जो संत हरचंद सिंह जाके मिलते हैं राजीव गांधी को, दुआ सलाम करते हो, कहें भी पंथ नाल धोखे बहुत होंगे, ये मेरी बेनती है भी मेरे नाल कहीं धोखा ना हो। कहें भी राजीव गांधी कहता है संत जी थोनों असं वो कुछ देवे कि तुम सोच भी नहीं सकते इन्ना कुछ देवे, वेखो सही। रात के हनेरे दे विच संत फिर समझौते दे उत्ते दस्तखत करदी है जी। संत हरचंद सिंह लौंगोवाल बेचारा पाठ करने वाला बंदा, वो तो पंजाबी गुरमुखी लिपि जानता है, ओनू ना हिंदी का पता ना ओनू अंग्रेजी का पता है जी। जिहड़ा समझौता ड्राफ्ट हुंदा है हाँ जी, वो कहदे च हुंदा अंग्रेजी च। अच्छा, समझौते ते दस्तखत कौन करवाउंदे? हाँ, फड़ के ये नहीं कि बाहां फड़ के पुलिस वाले ने करवा लिया। नाल दो व्यक्ति है संत हरचंद सिंह लौंगोवाल दे, कौन जी? हाँ, एक सुरजीत सिंह बरनाला, दूजा बलवंत सिंह। बलवंत सिंह ते सुरजीत सिंह खजाना मंत्री होंदे सी, दोनों ने जी समझौते दे दस्तखत करवाते। उस समझौते दे विच जिहड़े हुण सानू कंडे बीजने पैंदे आ ना, चुगने पै रहे एक कंडे वो सरात बीजे गए सी समझौते च। उस समझौते दे विच लिखिया कि कल आपां जिक्र कीता सी कि एक जुलाई तक, एक जुलाई 1985 नूं जिन्ना जिन्ना पानी जिन्ना स्टेटां नूं मिलदा सी वो मिलदा रहूगा, जिहड़ा वाधू पानी होगा उहनू वंडिया जाऊगा, ते उहनू वंडण वास्ते अराडी ट्रिब्यूनल बनाता सी बाद च। अराडी होया की? असी लिख के देता दस्तखत करते भी ठीक है सानू मंजूर है भाई, जिन्ना पानी हरियाणे नू मिलदा हरियाणे नू मिलदा रहूगा, मिलदा रहे राजस्थान नू मिलदा, जिन्ना राजस्थान नू मिलदा मिलदा रहूगा, जिहड़ा वाधू पानी होगा वंडांगे। हुण आज जिहड़ी हैगी साडे वास्ते जिहड़े कंडे सानू चुगने पै रहे है, हरियाणे नू जिन्ना पानी, क्योंकि पानी घट गया
पानी घट गया हरियाणे नूं असीं पानी उन्हां देण नूं पाबंद आ जिन्हां 1 जुलाई 1985 नूं चलदा सी ਸਾਡਾ ਰਾਜਸਥਾਨ ਨੂੰ ਵੀ ਅਸੀਂ ਤੈਨੂੰ ਪਾਬੰਦ ਹੈ ਤੇ ਮਾਂਝੇ ਕੌਣ ਗਏ ਮਾਂਝੇ ਵੀ ਗਏ ਪੰਜਾਬ ਦੇ ਪੰਜਾਬ ਦੇ ਲੋਕ ਹੁਣ ਉਲਟੀ ਸਿੱਤਮ ਜਰੀਫੀ ਇਹ ਕਹਿੰਦੇ ਜੀ ਨਹਿਰ ਵੀ ਬਣਾ ਦਿਓ ਤੁਹਾਡੇ ਕੋਲ ਪਾਣੀ ਵਾਧੂ ਹੋਊਗਾ ਗਜਿੰਦਰ ਸਿੰਘ ਹੋਰਾਂ ਨੇ ਜਿਹੜੀ ਇਹ ਮੀਟਿੰਗ ਕਰਵਾਈ ਹੈ ਦੋਨਾਂ ਮੁੱਖ ਮੰਤਰੀਆਂ ਦੀ ਉਹਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਮੁਸਤੈਦੀ ਦੇ ਨਾਲ ਪੰਜਾਬ ਦਾ ਪੱਖ ਰੱਖਿਆ ਪੰਜਾਬ ਦਾ ਕੇਸ ਰੱਖਿਆ ਔਰ ਬਹੁਤ ਵਧੀਆ ਤਰੀਕੇ ਨਾਲ ਪੱਖ ਰੱਖਿਆ ਇਹਦੇ 'ਚ ਆਪਾਂ ਵੇਖੋ ਕੈਪਟਨ ਅਮਰਿੰਦਰ ਸਿੰਘ ਦੇ ਪੋਲੀਟਿਕਸ ਦੇ ਨਾਲ ਮਤਭੇਦ ਹੋ ਸਕਦੀ ਹੈ ਉਹਦੇ ਪ੍ਰਸ਼ਾਸਨ ਨਾਲ ਮਤਭੇਦ ਹੋ ਸਕਦੇ ਹੈ ਲੇਕਿਨ ਪਾਣੀਆਂ ਦੇ ਮਾਮਲੇ ਦੀ ਜਿਵੇਂ ਇਸ ਮੀਟਿੰਗ ਦੇ ਵਿੱਚ ਉਹਨੇ ਪੱਖ ਰੱਖਿਆ ਇਹ ਤੋਂ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਨਹੀਂ ਸੀ ਰੱਖਿਆ ਜੀ ਠੀਕ ਹੈ ਉਹਨੇ ਆਪਦਾ ਪੱਖ ਰੱਖਤਾ ਉਹਦਾ ਪੱਖ ਸੁਣ ਕੇ ਉਹਨੂੰ ਪੱਖ ਤੇ ਅਮਲ ਕਰਨ ਦੀ ਬਜਾਏ ਕਹਿੰਦੇ ਕੀ ਹੈ ਛੇਤੀ ਕਰੋ ਜੀ ਪਹਿਲਾਂ ਤੁਸੀਂ ਨਹਿਰ ਬਣਾ ਲਓ ਫਿਰ ਪਾਣੀਆਂ ਦੀ ਵੰਡ ਆਪਾਂ ਮਗਰੋਂ ਕਰ ਲਾਂਗੇ ਜਿੰਨਾ ਪਾਣੀ ਹਰਿਆਣੇ ਨੂੰ ਮਿਲਦਾ ਮਿਲੀ ਜਾਂਦਾ ਇਹ ਉਸ ਸਮਝੌਤੇ ਦੇ ਵਿੱਚ ਜਿਹੜੀ ਧਾਰਾ 9 ਦੀ 1 ਤੇ 2 ਹੈ ਧਾਰਾ 9 ਦੀ ਬਰੈਕਟ ਪਾ ਕੇ 1 ਤੇ ਫਿਰ 2 ਇਹ 2 ਦਿਨ ਦਾ ਉਪਤਰਾਮ ਹੈ ਉਹਨਾਂ ਉਪਤਰਾਮਾਂ ਦੇ ਰਾਹੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਥਰੂ ਹਾਂਜੀ ਅਕਾਲੀ ਦਲ ਦੇ ਤੇ ਪੰਜਾਬ ਦੇ ਹੱਥ ਹੈ ਜਿਹੜੇ ਉਹ ਬੜਵਾਤੇ ਬੜਵਾਏ ਕੀ ਨੇ ਜੀ ਜਿਨ੍ਹਾਂ ਨੇ ਚੀਫ ਮਿਨਿਸਟਰੀਆਂ ਲੈਣੀਆਂ ਸੀ ਬਾਅਦ ਵਿੱਚ ਤੁਹਾਨੂੰ ਪਤਾ ਵੀ ਸੰਤ ਹਰਚੰਦ ਸਿੰਘ ਦੇ ਕਤਲ ਤੋਂ ਬਾਅਦ ਹਾਂਜੀ ਚੋਣਾਂ ਹੁੰਦੀਆਂ 1985 ਦੇ ਵਿੱਚ ਮੁੱਖ ਮੰਤਰੀ ਕੌਣ ਬਣਦਾ ਹੈ ਸੁਰਜੀਤ ਸਿੰਘ ਬਰਨਾਲਾ ਬਾਅਦ ਗਵਰਨਰ ਵੀ ਬਣ ਗਏ ਉਹਦਾ ਖਜ਼ਾਨਾ ਮੰਤਰੀ ਕੌਣ ਬਣਦਾ ਹੈ ਬਲਵੰਤ ਸਿੰਘ ਅੱਛਾ ਬਸ ਠੀਕ ਹੈ ਸਮਝ ਗਏ ਇਹ ਮਾਮਲਾ ਹੋ ਗਿਆ ਪਹਿਲੀ ਦੁਰਵਰਤੋਂ ਉੱਥੇ ਹੋ ਗਈ ਰਾਜੀਵ ਗਾਂਧੀ ਕੇਂਦਰ ਸਰਕਾਰ ਨੇ ਵੀ ਕੀਤੀ ਅਕਾਲੀ ਦਲ ਦੇ ਲੀਡਰਾਂ ਨੇ ਵੀ ਕੀਤੀ ਜੀ ਉਹ ਮਰ ਗਿਆ 85 ਚ ਹਾਂ ਉਹ ਮਰ ਗਿਆ ਲੇਕਿਨ ਉਹਦਾ ਕਿਤੇ ਨਾ ਕਿਤੇ ਅਸਰ ਤਾਂ ਹੈ ਜੀ ਹੁਣ ਉਹਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਉਹਦੀਆਂ ਬਰਸੀਆਂ ਕੌਣ ਮਨਾਉਂਦੇ ਹੈ ਜੀ ਉਹਦੀਆਂ ਬਰਸੀਆਂ ਉਹ ਮਨਾਉਂਦੇ ਹੈ ਜਿਹੜੇ ਬੰਦੇ ਕਹਿੰਦੇ ਸੀ ਜੀ ਇਹ ਤਾਂ ਕੌਮ ਦਾ ਗਦਾਰ ਹੈ ਹੂੰ ਬਾਦਲ ਕੇ ਜੀ ਜਿਹੜੇ ਬੰਦੇ ਇਹ ਗੱਲ ਕਹਿੰਦੇ ਸੀ ਜੀ ਸਾਡਾ ਤਾਂ ਇਹ ਬੰਦੇ ਨਾਲ ਕੋਈ ਲਾਗਾ ਦੇ ਗਈ ਨਹੀਂ ਜੀ ਜਿਹੜੇ ਬੰਦਿਆਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਇੱਕ ਖਲਨਾਇਕ ਬਣਾ ਕੇ ਪੇਸ਼ ਕੀਤਾ ਸੀ ਜੀ ਉਹ ਬਣਾਉਂਦੇ ਜੀ ਔਰ ਉਹਦੀ ਵਰਸੀ ਕੌਣ ਬਣਾਉਂਦੇ ਉਹ ਕਾਂਗਰਸ ਜਿਹੜੀ ਕਾਂਗਰਸ ਨੇ ਉਹਦੇ ਨਾਲ ਧੋਖਾ ਕੀਤਾ ਜੀ ਤੇ ਵਰਸੀ ਉਹਦੀ ਕੌਣ ਬਣਾਉਂਦੇ ਹੈ ਉਹਦੀ ਵਰਸੀ ਬਣਾਉਂਦੇ ਆ ਸੁਖਦੇਵ ਸਿੰਘ ਢੀਂਡਸਾ ਜਿਹੜਾ ਬਾਦਲ ਦੇ ਨਾਲ ਮਿਲ ਕੇ ਜਿਹੜਾ ਉਹਦਾ ਰਾਜਨੀਤੀ ਦਾ ਜਨਮਦਾਤਾ ਹੈ ਜੀ ਸੰਤ ਹਰਚੰਦ ਸਿੰਘ ਲੌਂਗੋਵਾਲ ਉਹਨੂੰ ਛੱਡ ਗਿਆ ਸੀ ਇਹਨੂੰ ਕਹਿੰਦੇ ਆ ਰਾਜਨੀਤਿਕ ਦੁਰਵਰਤੋਂ ਕਿਸੇ ਬੰਦੇ ਦੀ ਸੰਤ ਹਰਚੰਦ ਮੈਨੂੰ ਹੁਣ ਇਹ ਜਿਹੜਾ ਮੈਨੂੰ ਇਹ ਕਹਿਣ ਦੇ ਵਿੱਚ ਥੋੜ੍ਹਾ ਜਿਹਾ ਔਖਾ ਲੱਗਦਾ ਆਪਣੇ ਸਰੋਤੇ ਕਹਿਣਗੇ ਕਿ ਤੁਸੀਂ ਸ਼ਬਦ ਜਿਹੜਾ ਹੈਗਾ ਬੜਾ ਜਿਹੜਾ ਸਖਤ ਵਰਤ ਲਿਆ ਸੰਤ ਸਾਧੂ ਇਹਨਾਂ ਦਾ ਇੱਕ ਅਗਲਾ ਜਿਹੜਾ ਜ਼ਿਆਦਾ ਇਹਨਾਂ ਦੇ ਬਾਰੇ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਸਾਧ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਵੀ ਕਹਿੰਦੇ ਹੈ ਜੀ ਲੇਕਿਨ ਸਹੀ ਮਾਇਨੇ 'ਚ ਦੇਖੀਏ ਤਾਂ ਜਿਉਂਦੇ ਸਾਧ ਨੂੰ ਵੀ ਵਰਤਿਆ ਅਤੇ ਮਰੇ ਸਾਧ ਨੂੰ ਵੀ ਵਰਤਿਆ ਜਾ ਰਿਹਾ ਜੀ ਜੀ ਢਿੱਲੋਂ ਸਾਹਿਬ ਦਰਸ਼ਕਾਂ ਦੀ ਖਾਤਰ ਤੁਸੀਂ ਕਾਫੀ ਗਹਿਰਾਈ ਦੇ ਵਿੱਚ 35 ਵਰੇ ਪਿੱਛੇ ਵੀ ਚਲੇ ਗਏ ਫਿਰ ਵਾਪਸ ਵੀ ਅੱਜ 'ਤੇ ਆਏ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਆਪਾਂ ਵਿਸਥਾਰ ਦੇ ਵਿੱਚ ਗੱਲ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਂ ਦੇ ਉੱਤੇ ਉਸ ਵਕਤ ਵੀ ਰਾਜਨੀਤੀ ਕੀਤੀ ਗਈ ਅਤੇ ਅੱਜ ਵੀ ਉਹਨਾਂ ਦਾ ਨਾਮ ਹੈ ਜਿਹੜਾ ਰਾਜਨੀਤਿਕ ਤੌਰ 'ਤੇ ਦੁਰਵਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ ਅਤੇ ਨਾਲ ਹੀ ਹਮ ਦੇਖੇਂਗੇ ਤਾਂ ਸੋ ਜੀ ਇਹ ਇੱਕ ਮੂਵਮੈਂਟ ਇਹ ਇੱਕ ਲਹਿਰ ਹੈ ਜਿਹੜੀਆਂ ਜਾਗਦੀਆਂ ਜ਼ਮੀਰਾਂ ਨੇ ਸ਼ੁਰੂ ਕੀਤੀ ਹੈ ਸੱਚਾਈ ਦੇ ਨਾਲ ਖੜਨ ਦੀ ਤੁਸੀਂ ਵੀ ਦੱਸਿਆ ਕਿ ਇਹ ਸਹੀ ਠੀਕ ਕਿਉਂ ਹੈ ਕਿਉਂਕਿ ਪ੍ਰਸ਼ਾਂਤ ਭੂਸ਼ਣ ਦੇ ਬਾਬਤ ਸਾਨੂੰ ਤਾਂ ਜ਼ਿਆਦਾ ਨਹੀਂ ਪਤਾ ਸੀ ਪਰ ਤੁਸੀਂ ਜਿਹੜੀ ਆਪਦੀ ਇਹ ਪਾਰਖੂ ਅੱਖ ਰੱਖੀ ਹੋਈ ਆ ਖੁਦ ਮਿਲੇ ਹੋਏ ਹੋ ਸੋ ਉਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਸੰਦਰਭ ਦੇ ਵਿੱਚ ਕਰਕੇ ਤੁਸੀਂ ਸਾਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਵਿਖਾਇਆ ਜੀ ਅੱਜ ਤਾਂ ਬਹੁਤ ਹੀ ਚੰਗਾ ਲੱਗਿਆ ਸਮੁੱਚੇ ਦਰਸ਼ਕਾਂ ਵੱਲੋਂ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਮਿਹਰਬਾਨੀ ਲਓ ਜੀ ਇਸੇ ਦੇ ਨਾਲ ਮੈਂ ਵੀ ਖੁਸ਼ਪ੍ਰੀਤ ਸਿੱਧੂ ਆਪਣੇ ਦਰਸ਼ਕਾਂ ਤੋਂ ਆਗਿਆ ਚਾਹੂੰਗੀ ਆਪਣੇ ਤਕਨੀਕੀ ਸਹਿਯੋਗੀ ਗੁਰਦਾਸ ਦੇ ਨਾਲ ਅੱਜ ਦਾ ਇਹ ਸਿਲਸਿਲਾ ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ